ਤੈਨੂੰ ਕੀ ਗੱਲ ਆ ਵੀ ਤੂੰ ਨਹੀਂ ਛਾਲ ਮਾਰਦਾ? ਦੱਸੋ ਕਿੱਦਾਂ ਮਾਰਨੀ ਹੈ? ਕਿੱਦਾਂ? ਆ ਜਿਵੇਂ ਸਾਰਿਆਂ ਨੇ ਮਾਰੀ ਹੈ, ਨਾਲੇ ਤੂੰ ਇੱਧਰ ਨਹੀਂ ਨਾਉਣਾ ਬੰਦਿਆਂ ਜਿਹਨਾਂ ਰਲ ਜੀ, ਇੱਥੇ ਛਾਲ ਮਾਰਨੀ ਹੈ, ਤੇਰੇ ਵਾਸਤੇ ਬਣਿਆ ਕੰਮ। ਇਹ ਹੈ ਕੌਣ ਆ? ਇਹ ਮੈਂ ਪਹਿਲਾਂ ਨਹੀਂ ਪੂਲ ਤੋਂ ਦੇਖਿਆ ਬੰਦਾ ਕਦੇ। ਇਹ ਨਵਾਂ ਆਇਆ ਜੀ, ਮੈਂ ਅੱਜ ਹੀ ਆਇਆ ਪਹਿਲੇ ਦਿਨ। ਐਂਟਰੀ ਫੀਸ ਵਗੈਰਾ ਕੋਈ ਰਜਿਸਟ੍ਰੇਸ਼ਨ ਵਗੈਰਾ ਸਾਰਾ ਕੁਝ ਹੋ ਗਿਆ ਜੀ, ਲਿਖ ਲਖਈਆ ਹੋ ਗਿਆ। ਤੈਰਾਕੀ ਸਿੱਖਣੀ? ਹਾਂਜੀ ਹਾਂਜੀ, ਤੈਰਾਕੀ ਤਰਨਾ ਸਿੱਖਣਾ। ਇਹ 6 ਫੁੱਟ ਗਹਿਰਾ ਹੈ। ਅੱਛਾ ਜੀ। ਔਰ ਕੋਈ ਪੁੱਠੀ ਸਿੱਧੀ ਹਰਕਤ ਨਹੀਂ ਕਰਨੀ, ਜਿਸ ਤਰ੍ਹਾਂ ਇੰਸਟ੍ਰਕਟਰ ਸਾਹਿਬ ਇਹ ਵੀ ਇੱਥੇ ਟੀਚਰ ਨੇ, ਮੈਂ ਵੀ ਟੀਚਰ ਹਾਂ, ਤੇ ਜਿਸ ਤਰ੍ਹਾਂ ਅਸੀਂ ਦੱਸਾਂਗੇ ਉਦਾਂ ਹੀ। ਪੁੱਠੀ ਸਿੱਧੀ ਜਿਹੜਾ ਹਰਕਤ ਕਰਦਾ ਹੈ ਫਿਰ ਪਾਣੀ ਦਾ ਰੰਗ ਬਦਲ ਜਾਂਦਾ ਹੈ। 1 ਮਿੰਟ ਦੇਖ ਲਓ। ਹੈਲੋ, ਛੜੱਪੇ ਨਹੀਂ, ਛੜੱਪੇ ਨਹੀਂ, ਖਿੱਲਰ ਜਾਓ, ਖਿੱਲਰ ਜਾਓ। ਤੂੰ ਅੱਧਾ ਘੰਟਾ ਥੱਲੇ, ਅੱਧਾ ਘੰਟਾ, ਅੱਧਾ ਘੰਟਾ ਥੱਲੇ। ਨਿਕਰ ਪਾਈ ਤੁਸੀਂ? ਹਾਂਜੀ ਹਾਂ ਨਿਕਰ। 10 ਰੁਪਏ ਵਾਲੀ ਹੋਰ ਮਾੜੀ ਜੀ ਵੱਧ ਲੈ ਲੈਣੀ ਸੀ। ਨਿਕਰ ਹੈ, ਨਿਕਰ ਹੈ। ਕੀ ਨਾਮ ਆਪਣਾ? ਰਾਣਾ ਜਹਾਜ਼। ਰਾਣਾ ਜਹਾਜ਼, ਜਦੋਂ ਜਗ੍ਹਾ ਖਾਲੀ, ਜਗ੍ਹਾ ਖਾਲੀ। ਜਦੋਂ ਮੈਂ ਦੱਸ ਰਿਹਾ, ਮੈਂ ਉਹਨਾਂ ਨੂੰ ਕੀ ਕਹਿ ਰਿਹਾ, ਪੈਸੇ ਕੱਢ ਲਿਆ ਥੱਲੋਂ। ਉਹ ਤੁਹਾਡਾ ਪਤਾ ਨਹੀਂ ਲੱਗਣ ਡਿਆ, ਉਹ ਕਹਿੰਦੇ ਪਤਾ ਨਹੀਂ ਆਈਆਂ ਨਹੀਂ ਕਰਨ ਡਿਆ, ਆਪ ਟੂਬੀ ਲਾਉਣ ਲੱਗੇ ਨੇ। ਮੈਂ ਕੀ ਕਰਨੇ ਆ, ਪਾਣੀ ਪਰੇ ਪਰੇ ਕਰੋ, ਮੈਂ ਥੱਲੇ ਜਾਣਾ। ਇਸ ਤਰ੍ਹਾਂ ਕਰੋ, ਸਿਰ ਬਚਾਉਣਾ ਆਪਣਾ ਵੱਜਣ ਤੋਂ। ਅੱਛਾ ਜੀ, ਥੱਲੇ ਸਿਰ ਨਾ ਵੱਜੇ। ਲੱਤਾਂ ਵੱਜਣ ਕਿ ਲੱਤਾਂ ਵੱਜਣ? ਲੱਤਾਂ ਪਿੱਛੇ ਰਹਿਣੀਆਂ ਚਾਹੀਦੀਆਂ ਨੇ, ਹਵਾ 'ਚ। ਤਿਰਛੀ, ਸਿਰ ਭਾਰ ਨਹੀਂ ਲਾਣੀ ਨੀਚੇ, ਤੇ ਨੱਕ ਬਚਾ ਕੇ। ਨੱਕ ਮੇਰਾ ਲੰਮਾ ਹੈ, ਵੱਜ ਜਾਣਾ। ਤੁਸੀਂ ਨੱਕ ਲਾ ਕੇ ਘਰ ਰੱਖੇ ਹੁੰਦੇ? ਨਹੀਂ, ਤੁਸੀਂ ਕੱਲ ਤੋਂ ਜਿਹੜਾ ਨਾ ਤੁਸੀਂ ਉਹ ਲੈ ਕੇ ਆਉਣਾ, ਉਹ ਜਿਹੜਾ ਹੁੰਦਾ ਨਹੀਂ ਘਰ ਰਬਟ ਵਾਲਾ, ਉਹ ਜਿਹੜਾ ਤੁਸੀਂ ਇੰਜ ਕਰਕੇ ਪਾ ਲੈਣਾ, ਨੱਕ ਜਿਹੜਾ ਨਾ ਤੁਹਾਡੇ ਬੁੱਲ ਦੇ ਨਾਲ ਲੱਗਾ ਰਵੇ। ਤੁਹਾਨੂੰ ਕੋਈ ਇਨਫੈਕਸ਼ਨ ਵਗੈਰਾ ਤਾਂ ਨਹੀਂ ਨੱਕ 'ਚ ਪਾਣੀ ਜਾਣ ਦਾ, ਕੋਈ ਅੱਖਾਂ 'ਚ ਪਾਣੀ ਜਾਣ ਦਾ? ਨਹੀਂ ਨਹੀਂ, ਉੱਥੇ ਨਹੀਂ ਹੈਗਾ। ਨਹੀਂ ਹੈਗਾ, ਇੱਥੇ ਆਓ। ਇੱਦਾਂ ਮਰਨਾ, ਇੱਦਾਂ ਕਰਨਾ ਜੀ। 1 2 3 ਇਹ ਤਾਂ ਬਹੁਤ ਪਾਣੀ ਜ਼ਾਇਆ ਕਰੇਗਾ, ਪਾਣੀ ਤਾਂ ਬਾਹਰ ਆ ਰਿਹਾ ਦੀ ਛਾਲਣਾ। ਜਿੰਨੇ ਇਹਨੇ ਛਿੱਟੇ ਪਾਏ ਮੈਨੂੰ ਇੰਝ ਲੱਗਾ ਮੈਂ ਸੰਡਾ ਧੱਕਾ ਦੇ ਦਿੱਤਾ ਪਾਣੀ 'ਚ। ਠੀਕ ਹੈ ਉਸਤਾਦ ਜੀ, ਪਾਣੀ 'ਚ ਛਿੱਟੇ ਕਿਉਂ ਵੱਜੇ ਨੇ? ਪਾਣੀ 'ਚ ਵੜੋ ਇਸ ਤਰ੍ਹਾਂ ਜਿਸ ਤਰ੍ਹਾਂ ਮੱਛਲੀ ਜਾਂਦੀ ਹੈ। ਤੁਸੀਂ ਜਦੋਂ ਪਾਣੀ 'ਚ ਛਾਲ ਮਾਰੀ ਹੈ ਨਾ, ਪਾਣੀ ਨੇ ਬਾਹਰ ਛਾਲ ਮਾਰੀ ਹੈ, ਇਹ ਪਾਣੀ ਬਾਹਰ ਨਹੀਂ ਛਾਲ ਮਾਰਨੀ ਚਾਹੀਦੀ। ਅੱਛਾ, ਇਹ ਤਰੀਕਾ ਹੋਣਾ ਚਾਹੀਦਾ। ਅੱਛਾ ਜੀ, ਤੁਹਾਡੇ ਕੰਨਾਂ 'ਚ ਪਾਣੀ ਤਾਂ ਨਹੀਂ ਗਿਆ? ਨਹੀਂ ਨਹੀਂ। ਅੱਖ 'ਚ, ਨੱਕ 'ਚ? ਨਹੀਂ ਨਹੀਂ, ਨੱਕ ਦਾ ਗੁਸਲ ਹੋ ਗਿਆ ਮੇਰਾ ਖਿਆਲ। ਸਮੈਲ ਕਿਉਂ ਆ ਰਿਹਾ ਸ਼ਰਟ ਤੁਹਾਡੀ 'ਚੋਂ ਆ ਰਹੀ ਹੈ ਸਮੈਲ? ਨਹੀਂ ਨਹੀਂ, ਤੁਹਾਡੇ ਆਪਣੇ ਖੁੱਲੇ ਗਰੇ ਬੰਦ। ਤੁਸੀਂ ਵੀ ਕਿਤੇ ਤਾੜੀ ਛਾੜੀ ਲਾ ਲਿਆ ਕਰੋ, ਤੁਸੀਂ ਨਹੀਂ ਬੜੋ ਦਰਾ ਇਹਨਾਂ ਨਾਲ ਜੀ। ਅਸਲ 'ਚ ਸਾਡੇ ਸਕੂਲ ਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਪਹਿਲਾਂ। ਕਿੰਨੇ ਪੈਸੇ ਜੀ? 5000 ਰੁਪਇਆ ਪਹਿਲਾਂ ਦੇਣਾ ਪੈਂਦਾ। 5000 ਰੁਪਇਆ? ਔਰ 3000 ਰੁਪਇਆ ਮਹੀਨਾ। 3000 ਰੁਪਇਆ ਮਹੀਨਾ? ਔਰ 1 ਘੰਟੇ ਦੀ ਜਿਹੜੀ ਆ ਤੁਹਾਡੀ ਟ੍ਰੇਨਿੰਗ ਹੈ। ਤੁਹਾਡਾ ਕਿੰਨੇ ਚਿਰ ਦਾ ਤਜਰਬਾ ਹੈ ਜੀ? ਸਰ ਹੁਣਾਂ ਦਾ ਤਾਂ ਹੈਗਾ ਜੀ ਤਜਰਬਾ 35 ਸਾਲ ਦਾ, ਮੈਨੂੰ ਤਾਂ 10 ਕੁ ਸਾਲ ਹੋ ਗਏ ਨੇ, ਲੇਕਿਨ ਮੈਂ ਜਲਦੀ ਕੰਮ ਸਿੱਖ ਕੇ ਅਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੇਰੇ ਨਾਲ। ਉਸਤਾਦ ਨੇ ਤੁਹਾਡੇ? ਉਸਤਾਦ ਨੇ। ਮੈਂ ਰਿਟਾਇਰ ਆਪਣਾ ਯੂਨੀਵਰਸਿਟੀ ਦੇ ਵਿੱਚ ਸਿਖਾਉਂਦਾ ਰਿਹਾ, ਰਿਟਾਇਰ ਟੀਚਰ ਹੈਗਾ। ਅੱਛਾ, ਔਰ ਮੈਂ ਤੈਰਾਕੀ ਤਰੁਕੀ ਸਿਖਾਉਣ ਵਾਲੇ ਤਾਂ ਡੁੱਬ ਡੁੱਬ ਕੇ ਫੌਤ ਨਹੀਂ ਹੋ ਜਾਂਦੇ? ਤੁਸੀਂ ਤੁਹਾਡੇ 'ਚੋਂ ਦੋਨਾਂ 'ਚੋਂ ਕੋਈ ਨਹੀਂ ਹੋਇਆ? ਨਹੀਂ ਜੀ, ਮੈਂ ਅਸਲ ਦੇ ਵਿੱਚ ਤੈਰਾਕੀ ਸਾਰੀ ਕੀਤੀ ਉਹ ਜਿੱਥੇ ਜੰਗਲਾ ਲੱਗਾ ਹੈ। ਛੋਟੀ ਜਗ੍ਹਾ 'ਤੇ ਮੇਰੀ ਤੈਰਾਕੀ ਉੱਥੇ ਤੀਕਰ ਸੀ, ਬੱਚਿਆਂ ਵਾਲੀ ਜਗ੍ਹਾ 'ਤੇ ਜੀ। ਇੱਧਰ ਦੀ ਤੈਰਾਕੀ ਇਹਨਾਂ ਦੀ ਹੈ। ਇਸ ਸਾਈਡ 'ਤੇ ਮਤਲਬ ਸਾਡੇ ਕੋਲ ਟੋਟਲ 60 ਲੜਕੇ ਨੇ। ਅੱਛਾ ਜੀ, ਜਿਨ੍ਹਾਂ 'ਚੋਂ 30 ਸੁਬਹਾ ਟਾਈਮ ਆਉਂਦੇ ਨੇ, 30 ਸ਼ਾਮ ਦੇ ਟਾਈਮ ਆਉਂਦੇ ਨੇ। ਅੱਛਾ ਜੀ, ਤੁਸੀਂ ਟਾਈਮ ਸਿਲੈਕਟ ਕਰਨਾ, 5000 ਰੁਪਇਆ ਸਾਨੂੰ ਐਡਵਾਂਸ ਦੇਣਾ, 3000 ਰੁਪਇਆ ਮਹੀਨਾ। ਆਪਣਾ ਨਾਮ ਲਿਖਾਉਣਾ, ਵਾਲਦ ਸਾਹਿਬ ਦਾ ਲਿਖਾਉਣਾ। ਅੱਛਾ ਜੀ, ਸਾਈਨ ਕਰਨੇ ਨੇ, ਕੱਲ ਨੂੰ ਤੁਹਾਡਾ ਨਾਮ ਹਬੀ ਨਬੀ ਹੋ ਜੇ ਨਾ ਆਉਂਦੇ ਆ ਤੇ ਉਹਦੇ ਜ਼ਿੰਮੇਵਾਰ ਅਸੀਂ ਨਹੀਂ। ਹਬੀ ਨਬੀ ਮਤਲਬ? ਹਬੀ ਨਬੀ ਮਤਲਬ ਅਸੀਂ ਤੁਹਾਨੂੰ ਦੱਸੀਏ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਛਾਲ ਮਾਰਨੀ ਹੈ, ਤੁਸੀਂ ਲੈਦਾ ਕਿਸੇ ਤਰੀਕੇ ਨਾਲ ਮਾਰ ਕੇ ਆਪਣੀ ਮਰਜ਼ੀ ਦੇ ਨਾਲ ਸਿਰ ਪੜਵਾ ਲਓ। ਨੱਕ ਤੁਹਾਡਾ ਜ਼ਿਆਦਾ ਬੜਾ ਹੈ, ਜੇ ਸਿਰ ਪੱਟਾ ਤਾਂ ਮੈਂ ਤੁਹਾਡੇ ਪੜ ਦੇਣੇ ਸਿਰ। ਮੇਰਾ ਸਿਰ ਕਿੱਦਾਂ ਪਾਟ ਗਿਆ? ਪਾਗਲ ਸਮਝਿਆ ਮੈਨੂੰ?
ਤੁਸੀਂ ਕਾਦੇ ਇੱਥੇ ਉਸਤਾਦ ਲੱਗੇ ਹੋਏ ਜੇ ਮੇਰਾ ਸਿਰ ਹੀ ਪਟਣਾ ਹੈ ਤੇ ਅਸਲ ਚ ਗੱਲ ਪਤਾ ਕੀ ਹੈ ਅਸੀਂ ਦੱਸਣਾ ਹੈ ਯਾਰ ਤੂੰ ਤੇ ਹੈਗਾ ਆ ਛੋਟੇ ਬੱਚਿਆਂ ਦਾ ਉਸਤਾਦ ਐ ਹੈਗਾ ਆ ਤੇਰਾ ਮੇਰੇ ਵਰਗੇ ਬੰਦਿਆਂ ਦਾ ਉਸਤਾਦ ਤੁਸੀਂ ਗੱਲਾਂ ਬਹੁਤ ਜ਼ਿਆਦਾ ਕਰਨ ਦਏ ਹੋ ਤੁਹਾਨੂੰ ਸਿਰਫ ਇੰਨਾ ਦੱਸ ਰਹੇ ਹਾਂ ਕਿ ਤੁਹਾਡੇ ਮਾਸ਼ਾਅੱਲਾ ਕੱਦ ਠੀਕ ਹੈ ਤੁਹਾਡਾ ਪਾਣੀ ਤੁਹਾਡੇ ਇੱਥੇ ਇੱਥੇ ਆ ਰਿਹਾ ਤੁਸੀਂ ਸਾਡੇ ਪੁੱਛੋ ਬਗੈਰ ਤੈਰਾਕੀ ਨਹੀਂ ਕਰਨੀ ਸਾਡੇ ਪੁੱਛੋ ਬਗੈਰ ਛਾਲ ਨਹੀਂ ਮਾਰਨੀ ਇਹਦੇ ਦੌਰਾਨ ਅਗਰ ਤੁਸੀਂ ਤੁਹਾਡਾ ਦਿਲ ਕਰੇ ਵੀ ਮੈਂ ਇੰਝ ਕਰਕੇ ਘੁੰਮ ਕੇ ਬਾਜ਼ੀ ਮਾਰਾਂ ਥੱਲੇ ਜਾ ਕੇ ਕੋਈ ਸਿਰ ਵੱਜ ਜਾਵੇ ਕੋਈ ਅੱਖ ਫਟ ਜਾਵੇ ਤਾਂ ਇਹ 'ਚ ਜ਼ਿੰਮੇਵਾਰੀ ਤੁਹਾਡੀ ਹੈ ਅਸਲ 'ਚ ਮੈਂ ਨਾ ਪਰਸੋਂ ਚੌਥ ਦਾ ਲੱਭਣ ਡਿਆ ਸੀ ਪੂਲ ਜੀ ਅੱਜ ਮੈਨੂੰ ਪੂਲ ਲੱਭਾ ਹੈ ਅਲਹਮਦੁਲਿਲਾ ਸਾਡਾ ਪੂਲ ਮਸ਼ਹੂਰ ਹੈ ਸ਼ਹਿਰ 'ਚ ਜੀ ਸਾਰਾ ਅਤੇ ਮੈਂ ਆਇਆ ਤਾਂ ਹੋਰ ਕੰਮ ਆ ਅਤੇ ਉਹ ਕਿਤੇ ਆਪਾਂ ਬਹਿ ਕੇ ਗੱਲ ਕਰ ਲੈਂਦੇ ਸਾਈਡ 'ਤੇ ਕਿਤੇ ਤੈਰਾਕੀ ਵਗੈਰਾ ਦੀ ਜਿਹੜੀ ਗੱਲਬਾਤ ਸੀਗੀ ਜਿਹੜੀ ਨਹੀਂ ਇੱਕ ਅੱਧੀ ਛਾਲ ਮਾਰ ਲੈਣਾ ਕੱਲ ਤੈਰਾਕੀ ਦੀ ਹੈ ਹਾਂ ਗੱਲ ਤੈਰਾਕੀ ਦੀ ਹੈ ਤੈਰਾਕੀ ਕਰਨੀ ਹੈ ਸਾਡੇ ਨਾਲ ਚਲਾਕੀ ਨਹੀਂ ਕਰਨੀ ਬੇਫਿਕਰ ਰਹੋ ਹਾਂ ਤੇ ਹੁਣ ਪਾਣੀ ਬਾਹਰ ਨਾ ਜਾਵੇ ਪਾਣੀ ਨੂੰ ਪਤਾ ਵੀ ਨਾ ਲੱਗੇ ਕਿ ਵਿੱਚ ਕੱਟਾ ਵੜਿਆ ਫਿਰ ਮੈਂ ਵੜਦਾ ਹੀ ਨਹੀਂ ਇਹਨਾਂ ਨੂੰ ਇੱਕ ਛਾਲ ਤੁਸੀਂ ਮਾਰ ਕੇ ਦਿਖਾਓ ਨਾ ਸਰ ਇਹ ਫੜੋ ਜੀ ਇਹਨਾਂ ਨੂੰ ਦੱਸੋ ਜ਼ਰਾ ਇਹ ਫੜੋ ਜੀ ਆ ਮਾਈਕ ਲਾ ਲਓ ਨਾ ਉਹਨਾਂ ਨਾਲ ਹੋਵੇ ਕਿ ਆ ਤਰਾਕੀ ਤੋਂ ਬਾਅਦ ਤੁਹਾਡੇ ਚਪਾਕੀ ਚੋਂਦੀ ਹੋ ਵੀਡੀਓ ਬਣਾਉਣ ਦੇ ਚੱਕਰ 'ਚ ਪਤਾ ਲੱਗੇ ਜੀ 1.5 ਲੱਖ ਦਾ ਨੁਕਸਾਨ ਹੋ ਗਿਆ ਚਲੋ ਕੋਈ ਨਹੀਂ ਚਲੋ ਹੁਣ ਤੁਹਾਨੂੰ ਕਹਿੰਦੇ ਅਗਰ ਤੁਸੀਂ ਡੁੱਬਣ ਲੱਗੇ ਫੜਨਾ ਹੈ ਬਚਾਉਣਾ ਹੈ ਦੋ ਬੰਦੇ ਹੈ ਤੇ ਆ ਬਾਹਰ ਹਾਂ ਪੋਟੈਂਸ਼ੀਅਲ ਨਹੀਂ 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 ਕਹਿੰਦੇ ਹੋਰ ਸਾਧ ਲੈਣ ਨਹੀਂ 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 ਆ ਦੇਖੋ 1 ਹਾਂ ਇਹ ਐ 2 ਹਾਂ ਐ 3 ਹਾਂ ਔਰ ਐ ਤੁਹਾਡੀ ਛਾਲ ਹੈ ਠੀਕ ਹੈ ਨਹੀਂ ਨਹੀਂ ਤੁਹਾਡੀ ਹੈ ਐਦ ਕੀ ਤੁਹਾਡੀ ਹੈ ਛਾਲ ਇਹਨਾਂ ਦੀ ਛਾਲ ਆ ਨਾ ਜੀ ਇਹ ਸੁੱਕੀ ਜਗ੍ਹਾ ਤੇ ਵੀ ਛਾਲ ਮਾਰ ਦਿੰਦੇ ਹੁੰਦੇ ਆ ਜਾਓ ਬਾਹਰ ਇਦਾਂ ਦਾ ਬੰਦਾ ਛਾਲ ਮਾਰ ਕੇ ਸ਼ਿਗਿਰਦ ਨੂੰ ਕਹਿੰਦਾ ਹੁੰਦਾ ਮੈਨੂੰ ਬਚਾਈ ਮੈਨੂੰ ਬਚਾਈ ਮੈਨੂੰ ਬਚਾਈ ਆਓ ਜੀ ਇਦਾਂ ਮਾਰਦੀ ਆ ਬਿਲਕੁਲ ਇਸੇ ਤਰ੍ਹਾਂ ਇਸ ਤਰ੍ਹਾਂ ਛਾਲ ਮਾਰਨੀ ਹੈ ਜੀ ਹਾਂ ਟੀਚਰ ਦੀ ਹਮੇਸ਼ਾ ਕਦਰ ਕਰਨੀ ਆ ਟੀਚਰ ਨੂੰ ਬਾਹਰ ਵੀ ਕੱਢਣਾ ਇੱਧਰ ਆਓ ਜੀ ਉਸਤਾਦ ਅੱਛਾ ਹੈ ਬਹੁਤ ਅੱਛਾ ਜੀ ਇਹ ਕੋਈ ਵੀ ਡੁੱਬਣ ਲੱਗੇਗਾ ਉਹਨੂੰ ਬਚਾ ਸਕਦਾ ਹੈ ਹਾਂਜੀ ਜੀ ਇਹਨੂੰ ਕਿਸੇ ਨੇ ਬਾਅਦ ਚ ਬਚਾ ਲਿਆ ਤੇ ਅੱਜ ਪੂਲ ਤੋਂ ਪਰੇ ਬਹਿ ਕੇ ਗੱਲ ਕਰਦੇ ਆ ਹੁਣ ਤੁਹਾਨੂੰ ਇਹਨਾਂ ਦੇ ਤਰੀਕੇ ਕਾਰ ਦੱਸੀਏ ਨਾ ਅਸਲ 'ਚ ਨਾ ਜੀ ਮੈਂ ਚੈੱਕ ਕਰਦਾ ਫਿਰਦਾ ਸੀਗਾ ਪੂਲ ਜੀ ਸਾਰੇ ਜੀ ਅਤੇ ਮੈਨੂੰ ਚਾਹੀਦੇ ਸੀ ਇੱਕ ਆ ਜਿਹੜੇ ਉਸਤਾਦ ਹੁੰਦੇ ਆ ਤਰਨਾ ਜਿਹੜਾ ਸਿਖਾਉਂਦੇ ਆ ਨਾ ਜੀ ਮੈਂ ਬਹੁਤ ਤੈਰਾਕੀ ਸਿਖਾਈ ਹੈ ਜੀ ਬਹੁਤ ਸਿਖਾਈ ਹੈ ਮੁੰਡਿਆਂ ਨੂੰ ਜਿਹੜੇ ਤੁਸੀਂ ਛਾਲ ਮਾਰੀ ਹੈ ਤੁਸੀਂ ਤੁਹਾਨੂੰ ਤਾਂ ਗੋਤੇ ਵੀ ਆਏ ਇੱਕ ਦੋ ਨਹੀਂ ਉਹ ਕਿਸੇ ਖਬੀਸ ਨੇ ਪਾਣੀ ਚਲਾਤਾ ਜੀ ਪਿੱਛੋਂ ਮੈਂ 6 ਫੁੱਟ ਦਾ ਕਿਹਾ ਹੋਇਆ ਨਾ ਹਾਂ ਅਤੇ ਉਹ ਮੈਂ ਕਿਹਾ ਸੀ ਪੱਖਾ ਚਲਾ ਦਿਓ ਮੈਂ ਇੱਥੇ ਬਹਿਣਾ ਅਤੇ ਉਹਨਾਂ ਨੇ ਕਿਸੇ ਮੋਟਰ ਦਾ ਪੰਪ ਚਲਾ ਦਿੱਤਾ ਬਟਨ ਨਹੀਂ ਤਾਂ 6 ਫੁੱਟ ਤੋਂ ਉੱਤੇ ਨਹੀਂ ਤੁਸੀਂ ਪਾਣੀ 'ਚ ਤੈਰਾਕੀ ਸਟੈਂਡਰਡ ਇੰਟਰਨੈਸ਼ਨਲ ਲੈਵਲ ਆ ਕੇ 6 ਫੁੱਟ 'ਤੇ ਤੈਰਾਕੀ ਸਿਖਾਓ ਅੱਛਾ ਅੱਛਾ 6 ਫੁੱਟ ਤੋਂ ਜ਼ਿਆਦਾ ਸਿਖਾਓਗੇ ਤਾਂ ਫਿਰ ਗੋਤਾ ਖਾਓਗੇ ਹੋ ਜਾਂਦਾ ਨਹੀਂ ਛਾਲ ਮਾਰਨ ਦਾ ਤਾਂ ਮਜ਼ਾ ਹੁੰਦਾ ਕੋਈ 10-15 ਫੁੱਟ ਜਗ੍ਹਾ ਹੋਵੇ ਥੱਲੇ ਡੂੰਘਾ ਹੋਵੇ ਤੁਸੀਂ ਤੈਰਾਕੀ ਸਿੱਖਣੀ ਹੈ ਖੁਦਕੁਸ਼ੀ ਕਰਨੀ ਹੈ ਭਾਈ ਇਹ ਜਿਹੜੀ 15 ਫੁੱਟ ਤੋਂ ਛਾਲ ਮਾਰਦੇ ਨੇ ਨਾ ਹਾਂਜੀ ਇਹ ਫਿਰ ਪਾਣੀ ਪੂਣੀ 'ਚ ਨਹੀਂ ਮਾਰਦੇ ਹਾਂਜੀ ਇਹ ਫਿਰ ਕੋਠੇ ਤੋਂ ਮਾਰਦੇ ਨੇ ਸਾਰਾ ਪਿੰਡਾ ਭਰਿਆ ਇਹਨਾਂ ਦਾ ਮੈਂ ਨਹੀਂ ਜੀ ਤੁਸੀਂ ਆਪਣਾ ਦੱਸੋ ਤੁਸੀਂ ਤੈਰਾਕੀ ਸਿੱਖਣੀ ਹੈ ਕਿਉਂਕਿ ਛੁੱਟੀ ਦਾ ਟਾਈਮ ਅਸੀਂ ਸਵੇਰੇ ਵੀ ਕਲਾਸ ਦਿੱਤੀ ਆ ਹੁਣ ਵੀ ਦਿੱਤੀ ਆ ਹੁਣ ਸਾਡਾ ਜਾਣ ਦਾ ਟਾਈਮ ਆ ਬੱਚੇ ਸਾਰੇ ਸਿੱਖਦੇ ਅਸੀਂ ਨਾ ਸਵੇਰੇ ਜੀ ਮੈਂ ਨਾ ਜਾਣਾ ਆ ਡੀ ਗਰਾਊਂਡ ਨਾ ਪਾਰਕ ਦੇ ਵਿੱਚ ਵਾਕ ਕਰਨ ਆ ਫੈਸਲਾਬਾਦ ਡੀ ਗਰਾਊਂਡ ਜੀ ਤੁਹਾਨੂੰ ਪਤਾ ਬੜਾ ਵੱਡਾ ਪਾਰਕ ਆ ਉਹ ਅੱਛੀ ਗੱਲ ਆ ਵਾਕ ਕਰਨੀ ਚਾਹੀਦੀ ਵਾਕ ਐਕਸਰਸਾਈਜ਼ ਜਿਹੜੀ ਆ ਇਨਸਾਨ ਨੂੰ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਰੱਖਣੀ ਚਾਹੀਦੀ ਉੱਥੇ ਹੈਗੇ ਨੇ ਆਪਣੇ ਬਜ਼ੁਰਗ ਅੱਛਾ ਜੀ ਤੇ ਉਹ ਕੁਝ 100 ਕੁ ਬਜ਼ੁਰਗ ਆ ਜਿਹੜਾ ਨਾ ਆਪਣਾ ਉੱਥੇ ਸਵੇਰੇ ਵਾਕ ਕਰਦੇ ਆ ਨਮਾਜ਼ ਪੜ੍ਹਦੇ ਨੇ ਮਾਸ਼ਾਅੱਲਾ ਅੱਲਾ ਅੱਲਾ ਕਰਦੇ ਆ ਉਹਨਾਂ 'ਚੋਂ ਇੱਕ ਬਜ਼ੁਰਗ ਨੇ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਗਰਮੀ ਆ ਗਈ ਹੈ ਅਤੇ ਰਾਣਾ ਸਾਹਿਬ ਯਾਰ ਤੇਰੇ ਬੰਦੇ ਹੈਗੇ ਵਾਕਫ ਤੂੰ ਉਸਤਾਦ ਲੱਭ ਜਿਹੜੇ ਸਾਨੂੰ ਤੈਰਾਕੀ ਸਿਖਾਉਣ ਮਤਲਬ ਤੈਰਾਕੀ ਵੀ ਤਾਂ ਵਰਜਿਸ਼ ਹੀ ਹੈ ਨਾ ਜੀ ਤੈਰਾਕੀ ਇੱਕ ਪੂਰੇ ਵਰਲਡ ਦੇ ਉੱਪਰ ਤੈਰਾਕੀ ਨੂੰ ਪਹਿਲਾ ਇਨਾਮ ਦਿੱਤਾ ਜਾਂਦਾ ਇਸ ਗੱਲੋਂ ਕਿ ਜਿਹੜਾ ਬੰਦਾ ਤੈਰਾਕੀ ਕਰਦਾ ਸਾਰੀ ਜ਼ਿੰਦਗੀ ਉਹਦਾ ਜਿਸਮ ਨਿਖਰਿਆ ਰਹਿੰਦਾ ਸਾਰੀ ਜ਼ਿੰਦਗੀ ਨੂੰ ਪੱਠਿਆਂ ਦੀ ਦਰਦ ਨਹੀਂ ਹੁੰਦੀ ਤੈਰਾਕੀ ਜ਼ਿੰਦਗੀ 'ਚ ਹੋਣੀ ਚਾਹੀਦੀ ਹੈ ਹਾਂਜੀ ਤੁਸੀਂ ਕਾਫੀ ਲੇਟ ਜ਼ੇਨ ਬਣਾਇਆ ਹੈ ਲੱਗਦਾ ਬਜ਼ੁਰਗ ਨੇ ਸਾਰੇ 70 ਸਾਲ ਤੋਂ ਉੱਤੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ
ਜਿਨ੍ਹਾਂ ਨੇ ਤੈਰਾਕੀ ਸਿੱਖਣੀ ਤੁਹਾਡੇ ਕੋਲ। ਨਹੀਂ ਨਹੀਂ ਤੁਸੀਂ ਦੱਸਿਆ ਨਾ ਕਿ ਬਈ ਤੁਹਾਨੂੰ ਡੀ ਗਰਾਊਂਡ ਬਜ਼ੁਰਗਾਂ ਨੇ ਦੱਸਿਆ ਜਿੱਥੇ ਤੁਸੀਂ ਵਾਕ ਕਰਨ ਜਾਂਦੇ ਆ। ਦੋਸਤ ਨੇ ਸਾਰੇ ਉਹਨੇ ਤੁਹਾਨੂੰ ਕੀ ਦੱਸਿਆ ਕਿ ਅਸੀਂ ਤੈਰਾਕੀ ਸਿੱਖਣੀ? ਆ ਤਾਂ ਤੁਸੀਂ ਆ ਗਏ ਹੋ, ਅੱਲਾ ਖੈਰ ਕਰੇ, ਤੇ ਬਸ ਸਿਖਾਓ। ਤੇ 70-70 ਸਾਲ ਤੋਂ ਉੱਤੇ ਨੇ ਸਾਰੇ। ਉਹ ਯਾਰ ਭਾਈ ਤੈਰਾਕੀ ਤੂੰ ਸਿੱਖਣੀ ਆ ਕਿ ਬਜ਼ੁਰਗਾਂ ਨੇ ਸਿੱਖਣੀ? ਬਜ਼ੁਰਗਾਂ ਨੇ, ਬਜ਼ੁਰਗਾਂ ਉਹਨਾਂ ਨੂੰ ਹੁਣ ਕੱਲ ਹੀ ਸਿਖਾਉਣੀ ਆ। ਬਸ ਦਿਲ ਕਰਦਾ ਉਹਨਾਂ ਦਾ, ਬਜ਼ੁਰਗਾਂ ਨੇ ਤੈਰਾਕੀ ਸਿੱਖਣੀ। ਉਹਨਾਂ ਨੂੰ ਕਹੋ ਹੁਣ ਅੱਲਾ ਦੀ ਰਹਿਮਤ ਦੇ ਨਾਲ ਅਗਲੇ ਘਰ ਜਾਓ, ਉਹ ਇੱਥੇ ਤੈਰਾਕੀਆਂ ਦੇ ਦੁਆਲੇ ਹੋਏ ਫਿਰਦੇ ਆ। ਕਿੰਨੀ ਉਮਰ ਹੈ ਜੀ ਬਜ਼ੁਰਗਾਂ ਦੀ? ਸਭ ਤੋਂ ਛੋਟਾ ਬਜ਼ੁਰਗ ਹੈਗਾ 70 ਸਾਲ ਦਾ, ਬਾਕੀ ਉਸ ਤੋਂ ਉੱਤੇ 125 ਸਾਲਾਂ ਤੱਕ ਵੀ ਹੈਗੇ ਨੇ। ਤੇ ਉਹ ਪਾਕਿਸਤਾਨ ਆ, 70-80 ਸਾਲ ਦਾ ਬਜ਼ੁਰਗ ਹੋ ਜਾਵੇ ਨਾ ਤੇ ਉਹ ਛੋਟੇ ਸਿਆਣਿਆਂ ਦਾ ਕਹਿਣਾ ਆ ਕਿ ਉਹਦਾ ਕਹਿਣਾ ਨਹੀਂ ਮੰਨਣਾ। ਕਿਉਂ? ਉਹ ਵੈਸੇ ਔਲੀਆਂ ਫੌਲੀਆਂ ਗੱਲਾਂ ਕਰਨ ਲੱਗ ਪੈਂਦਾ। ਤੁਸੀਂ ਉਹਦੀ? ਨਹੀਂ ਨਹੀਂ, ਬੜੇ ਫਿੱਟ ਬਜ਼ੁਰਗ ਨੇ ਤੇ ਉਹਨਾਂ ਨੂੰ ਤੁਸੀਂ ਤੈਰਾਕੀ ਸਿਖਾਉਣੀ ਹੈ, ਤੇ ਇਹ ਆ ਕਿ ਤੁਹਾਡੇ ਦੋਨਾਂ ਨੇ ਤੁਸੀਂ ਮੇਰੇ ਨਾਲ ਤਨਖਾਹ ਮੁੱਕ ਲੈਣੀ। ਤੁਹਾਨੂੰ ਕਿੰਨੇ ਚਿਰ 'ਚ ਤੈਰਾਕੀ ਸਿੱਖ ਲੈਂਦੇ ਨੇ ਬਜ਼ੁਰਗ, ਜਾਂ ਕੋਈ ਤੈਰਾਕੀ ਕਿੰਨੇ ਚਿਰ 'ਚ ਸਿੱਖ ਲੈਂਦਾ? ਤੈਰਾਕੀ ਤੁਹਾਨੂੰ ਇੱਕ ਦਿਹਾੜੀ 'ਚ ਹੀ ਆ ਜਾਏਗੀ। ਦਿਹਾੜੀ 'ਚ? ਹਾਂਜੀ, ਲੇਕਿਨ ਅਸੀਂ ਤੁਹਾਨੂੰ ਦੇਣਾ ਤੈਰਾਕੀ ਦਾ ਤੇ ਗਾਹਕ ਦਾ ਪਤਾ ਨਹੀਂ ਲੱਗਦਾ ਕਦੋਂ ਆ ਜਾਂਦੀ ਆ ਸਿਆਣੇ ਬੰਦੇ ਨੂੰ। ਤੁਸੀਂ ਇਹ ਹੈ ਕਿ ਤੁਹਾਨੂੰ ਮੈਨੂੰ ਗੱਲ ਸਾਰੀ ਸਮਝ 'ਚ ਆ ਗਈ ਹੈ। ਤੁਹਾਨੂੰ ਇੱਕ ਮਹੀਨੇ ਵਾਸਤੇ ਲੈ ਕੇ ਜਾਣਾ ਹੈ। ਮੈਂ ਤਨਖਾਹ ਦੱਸੋ ਤੁਹਾਡੇ, ਤੁਸੀਂ ਪਹਿਲੇ ਤਨਖਾਹ ਦੱਸੋ। ਤਨਖਾਹ ਤਾਂ ਭਾਅ ਜੀ ਅਸੀਂ ਦੱਸੀ ਹੈ ਕਿ ਸਾਡੀ 5000 ਰੁਪਇਆ ਰਜਿਸਟ੍ਰੇਸ਼ਨ ਫੀਸ ਹੈ ਅਤੇ 3000 ਰੁਪਇਆ ਸਾਡਾ ਮਹੀਨੇ ਦਾ, ਲੇਕਿਨ ਅਸੀਂ ਜਵਾਨ ਦਾ ਕੰਮ ਆ ਤੈਰਾਕੀ ਸਿੱਖਣਾ, 70 ਸਾਲ ਦੇ 80 ਸਾਲ ਦੇ ਬਾਬੇ ਨੂੰ ਸਿੱਖ। ਚਲੋ ਜੀ, 5000 ਹੈ ਤੁਹਾਡਾ ਫੀ, ਬਾਬਾ 10000 ਰੁਪਇਆ ਹੋ ਗਿਆ। ਕਿੰਨੇ ਬਾਬੇ ਹੈ? ਬਾਬਾ ਹੋਣਾ 100। ਉਹ ਯਾਰ ਅਸੀਂ ਕਿਸੇ ਨੂੰ ਨਵਾਂ ਮਕਾਨ ਬਣਾਇਆ ਕਿ ਪੜ੍ਹਾਈ ਕਰਾਉਣੀ ਹੈ। 100 ਬਾਬਾ, 100 ਬਾਬਾ, ਉਫ ਬਾਬਾ, ਉਫ ਮੇਰੇ ਬਾਬਾ। ਇਹ ਆ ਕਿ ਤੁਹਾਨੂੰ ਮਹੀਨੇ ਵਾਸਤੇ ਤੈਰਾਕੀ ਰੋਣ ਸਿਖਾਉਣੀ ਹੈ ਸਮੁੰਦਰ 'ਚ। ਜਿਹਨੂੰ ਕਹਿਣ ਡਿਆ ਉਹਨੂੰ ਇੱਥੇ ਗੋਤਾ ਆ ਗਿਆ। ਸਮੁੰਦਰ 'ਚ? ਸਮੁੰਦਰ 'ਚ ਤੈਰਾਕੀ ਸਿਖਾਉਣੀ? ਸਮੁੰਦਰ 'ਚ ਤੁਹਾਨੂੰ ਇੱਕ ਮਹੀਨੇ ਵਾਸਤੇ ਅਸੀਂ ਲੈ ਜਾਣਾ ਕਰਾਚੀ, ਅਤੇ ਬਾਬਿਆਂ ਨੂੰ ਵੀ ਲੈ ਜਾਣਾ। ਅੱਛਾ ਹੋਟਲ, ਅੱਛਾ ਖਾਣਾ, ਹੋਟਲ ਤੋਂ ਸਮੁੰਦਰ ਆਉਣਾ ਜਾਣਾ, ਉਹ ਪੈਸੇ ਮੈਂ ਦੇਣਾ। ਭਾਅ ਜੀ ਮੈਂ ਬਜ਼ੁਰਗ ਨੂੰ ਸਮੁੰਦਰ ਲੈ ਜਾਵਾਂ ਤੈਰਾਕੀ ਸਿਖਾਉਣ, ਜਦੋਂ ਮੈਂ ਨਾਲ ਵਿੱਚ ਵੜਨਾ ਬਜ਼ੁਰਗ ਦੇ ਨਾਲ, ਕਿਸੇ ਨੇ ਮੰਨਣਾ ਇਹਨੂੰ ਤੈਰਾਕੀ ਸਿਖਾਉਣ ਦੇ ਆ? ਸਾਰਿਆਂ ਨੇ ਪਤਾ ਕੀ ਕਹਿਣਾ, ਇਹਨੂੰ ਲੱਭਾ, ਇਹ ਮੁੰਡੇ ਨੂੰ ਆ ਬਾਬਾ ਕਿਤੋਂ ਥੱਲੋਂ ਲੱਭਾ। ਕਿਸੇ ਨੇ ਮੰਨਣਾ ਹੀ ਨਹੀਂ ਵੀ ਇਹਨੂੰ ਲੈ ਕੇ ਵਿੱਚ ਪਾਣੀ ਦੇ ਵੜੇ ਆ। ਵਿੱਚ ਦੋ ਜਿਹੜੇ ਬਜ਼ੁਰਗ ਨੇ ਨਾ, ਉਹਨਾਂ ਨੂੰ ਫਲਜ ਹੋਇਆ, ਉਹਨਾਂ ਦੀ ਇੱਕ ਸਾਈਡ ਨਹੀਂ ਚੱਲਦੀ। ਲਓ ਜੀ, ਇਹਦਾ ਮਤਲਬ 98 ਠੀਕ ਆ, ਦੋ ਦੇ ਚੱਪੂ ਕੰਮ ਨਹੀਂ ਕਰਦੇ। ਕਿਸ ਸਾਈਡ ਨੂੰ ਫਲਜ? ਜੀ ਇੱਧਰ, ਮਤਲਬ ਇੱਕ ਸਾਈਡ ਤੋਂ ਤੁਸੀਂ ਉਹਨਾਂ ਨੂੰ ਤੈਰਾਕੀ ਸਿਖਾਉਣੀ ਹੈ ਬਾਬਿਆਂ ਨੂੰ? ਨਹੀਂ, ਉਹ ਦੋ ਨੇ ਜੀ ਜੀ, ਉਹਨਾਂ ਦੋਵੇਂ ਇੱਕ ਪਾਸਿਓ ਖਰਾਬ ਨੇ ਜਾਂ ਲੈਦਾ ਲੈਦਾ ਨੇ? ਇੱਕ ਪਾਸਿਓ ਦੋਨੋਂ ਫਰ, ਦੋਵੇਂ ਇੱਕ ਪਾਸਿਓ, ਬਸ ਫਿਰ ਜਿਹੜੀਆਂ ਉਹਨਾਂ ਦੀਆਂ ਖਰਾਬ ਸਾਈਡਾਂ ਨਾ ਉਹ ਜੋੜ ਦੇਵਾਂਗੇ। ਤੇ ਤੁਹਾਡੇ ਕੋਲ ਡਬਲ ਇੰਜਨ? ਇੱਕ ਬੰਦਾ ਬਣਾ ਦੇਣਾ? ਇੱਕ ਬੰਦਾ ਬਣਾ ਦੇਵਾਂਗੇ, ਉਹ ਇੱਕ ਇਧਰੋਂ ਹੱਥ ਮਾਰੀ ਜਾਏਗਾ, ਦੂਆ ਇਧਰੋਂ ਮਾਰੀ ਜਾਏਗਾ, ਉਹ ਇੰਜ ਲੱਗੇਗਾ ਜਿਵੇਂ ਤੁਹਾਨੂੰ ਨਾ ਛੋਟਾ ਟਾਈਟੈਨਿਕ ਆ ਰਿਹਾ। ਨਹੀਂ, ਤੁਹਾਡੇ ਕੋਲ ਡਬਲ ਇੰਜਨ ਬਾਬਾ ਕੋਈ ਨਹੀਂ ਹੈਗਾ? ਨਹੀਂ ਨਹੀਂ ਯਾਰ, ਤੁਸੀਂ ਅਕਲ ਨੂੰ ਹੱਥ ਮਾਰੋ ਭਾਈ ਜਾਨ, ਜਵਾਨ ਜਾਣ ਹੋ ਤੁਸੀਂ, ਬਜ਼ੁਰਗ ਦੱਸਣ ਦੇ ਉਹ 70-80 ਸਾਲ ਦੇ, ਉੱਤੋਂ ਫਲਜ ਹੋਇਆ ਤੇ ਤੈਰਾਕੀ ਸਿੱਖਣੀ ਹੈ ਯਾਰ। ਇੱਕ ਸਾਡੇ ਬਜ਼ੁਰਗ ਨੇ ਵਿਚਾਰੇ, ਉਹ ਨਾ ਜ਼ਿਮੀਂਦਾਰ ਸੀਗੇ ਤੇ ਉਹ ਟੋਕਾ ਚੱਲਣ ਡਿਆ ਸੀ ਪੱਠਿਆਂ ਵਾਲਾ। ਹਾਂਜੀ, ਤੇ ਉਹ ਨਾ ਇੱਧਰ ਮੁੰਡੇ ਨਾਲ ਗੱਲਾਂ ਕਰਨ ਡਿਆ ਸੀ, ਮੁੰਡੇ 'ਤੇ ਗੁੱਸਾ ਕਰਨ ਡਿਆ ਸੀ, ਗੁੱਸਾ ਕਰਦਿਆਂ ਕਰਦਿਆਂ ਨੇ ਪੱਠੇ 'ਚ ਮਸ਼ੀਨ ਦੇ ਦਿੱਤੇ, ਮਸ਼ੀਨ ਨੇ ਖਿੱਚ ਲਿਆ ਅਤੇ ਇੱਥੋਂ ਰੱਖ ਕੇ ਉਹਨਾਂ ਦੀਆਂ ਬਾਹਾਂ ਜਿਹੜੀਆਂ ਨਾ ਹੈ ਨੀਗੀਆਂ ਦੋ, ਉਹਨਾਂ ਨੂੰ ਵੀ ਸਿਖਾਉਣੀ ਹੈ ਤੁਸੀਂ। ਬਾਬਾ ਹੈਂਡ ਫਰੀ? ਬਾਹਾਂ ਦੋਵੇਂ ਹੈ ਨਹੀਂ? ਦੋਵੇਂ ਬਾਹਾਂ ਹੈ ਨਹੀਂ। ਮਿਸਾਲ ਦੇ ਤੌਰ 'ਤੇ ਉਹਨੂੰ ਮੈਂ ਸਮੁੰਦਰ 'ਚ ਲੈ ਕੇ ਵੜਿਆ ਅਤੇ ਉਹਨੂੰ ਲੱਗਾ ਵੀ ਮੈਂ ਡੁੱਬ ਰਿਹਾ ਅਤੇ ਬੰਦਾ ਬਾਹਾਂ ਨਾਲ ਆਵਾਜ਼ਾਂ ਮਾਰਦਾ ਨਾ ਵੀ ਆਓ ਮੈਨੂੰ ਫੜ ਲਓ, ਉਹ ਕੀ ਕਹੂਗਾ, ਓਏ ਮੈਨੂੰ ਫੜ ਲਓ, ਓਏ ਮੈਂ ਡੁੱਬ ਚੱਲਾਂ, ਮਤਲਬ ਸਾਨੂੰ ਕਿੱਦਾਂ ਪਤਾ ਲੱਗੂਗਾ, ਇਸ਼ਾਰਾ ਕਹਿ ਰਿਹਾ ਮੈਨੂੰ ਬਾਹਰ ਕੱਢ ਲਓ ਜਾਂ ਮੈਨੂੰ? ਤੈਨੂੰ ਪਤਾ ਸਮੁੰਦਰ 'ਚ ਕੀ ਕੁਛ ਹੁੰਦਾ? ਹਾਂਜੀ ਹਾਂਜੀ, ਅਤੇ ਉਹਦੀਆਂ ਤਾਂ ਬਾਹਾਂ ਹੀ ਨੇ। ਹਾਂ, ਜੇ ਕੋਈ ਮੱਛੀ ਛੋਟੀ ਵੱਡੀ ਕਿਤੇ ਵੜ ਵੁੜ ਗਈ ਹੈਂ ਅਤੇ ਉਹ ਕੀ ਕਰੇਗਾ? ਵਕਤ ਨੂੰ ਪੈ ਗਿਆ ਨਾ, ਕਿਤੇ ਪਾਣੀ ਡੂੰਘਾ ਹੋਇਆ ਹੈ ਅਤੇ ਅਸੀਂ ਉਹਨੂੰ ਬਚਾਉਣ ਲਈ ਜਾਈਏ, ਉਹਨੂੰ ਪਤਾ ਹੋਵੇ ਅੱਗੇ ਪਾਣੀ ਡੂੰਘਾ, ਉਹ ਸਾਨੂੰ ਕਿੱਦਾਂ ਕਹੇਗਾ ਇੱਧਰੋਂ ਦੀ ਨਹੀਂ ਆਉਣਾ? ਕੀ ਕਹੇਗਾ ਇਹਦੀ ਉਹ ਕਿੱਦਾਂ ਦੱਸੂ ਸਾਨੂੰ ਵੀ ਅੱਗੇ ਨਹੀਂ ਆਉਣਾ ਯਾਰ? ਕਿੱਦਾਂ ਦੀਆਂ ਗੱਲਾਂ ਕਰਨ ਦੇ ਸਮੁੰਦਰ 'ਚ ਕੀ ਕੰਮ ਆ ਯਾਰ? ਇਹਨੂੰ ਫਿਰ ਨਾ ਜਿਹਦੀਆਂ ਦੋਵੇਂ ਬਾਹਾਂ ਨਹੀਂ ਹੈ ਉਹ ਦੋਵਾਂ ਦੇ ਚੱਪੂ ਖਰਾਬ ਆ, ਇਹ ਬਾਬਾ ਉਹਨਾਂ ਦੇ ਉੱਤੇ ਸ਼ਿਫਟ ਕਰ ਦੇ। ਸਮੁੰਦਰ ਦੇ ਵਿੱਚ ਤੈਰਾਕੀ ਸਿਖਾਉਣੀ ਹੈ ਯਾਰ? ਜਿਹੜੇ ਆ ਜਿਹੜੇ ਦੋ ਬਾਬੇ ਨੇਗੇ ਜਿਹੜੇ ਡੈਮੇਜ ਨੇ, ਉਹ ਤੈਨੂੰ ਮੈਂ ਕਿਹਾ ਕਿ ਜੋੜ ਕੇ ਉਹਨਾਂ ਦਾ ਟਾਈਟੈਨਿਕ ਛੋਟਾ ਬਣਾ ਦੇ, ਟੇਪ ਲਾ ਕੇ। ਹਾਂ, ਇਹ ਤੀਸਰਾ ਵੀ ਉਹਨਾਂ ਦੇ ਉੱਤੇ ਸ਼ਿਫਟ ਕਰ ਦੇ ਤੇ ਟੇਪ ਲਾ ਦੇ, ਇੰਜ ਹੀ ਲੱਗੇਗਾ ਜਿਵੇਂ ਨਾ ਬਜ਼ੁਰਗ ਸੇਪੇ ਵਾਲਾ ਬੰਬ। ਇੱਕ ਸਾਡੇ ਬਜ਼ੁਰਗ ਨੇ ਉਹਨਾਂ ਦਾ ਸੀਗਾ ਬੈਟਰੀਆਂ ਦਾ ਕੰਮ, ਆ ਬੈਟਰੀਆਂ ਨੇ ਜਿਹੜੀ ਗੱਡੀਆਂ 'ਚ ਪੈਂਦੀਆਂ। ਹਾਂਜੀ, ਆ ਲਿਕੁਇਡ ਵਾਲੀਆਂ ਬੈਟਰੀਆਂ, ਲਿਕੁਇਡ ਵਾਲੀਆਂ, ਤੇਜ਼ਾਬ ਵਾਲੀਆਂ। ਉਹ ਉਹਨਾਂ ਨੇ ਕਿਤੇ ਉਹ ਢੱਕਣ ਖੋਲ੍ਹੇ, ਤੇਜ਼ਾਬ ਵਿੱਚੋਂ ਨਿਕਲਿਆ, ਉਹਨਾਂ ਦੀਆਂ ਅੱਖਾਂ 'ਚ ਪੈ ਗਿਆ। ਉਹਨਾਂ ਦੀਆਂ ਪੱਥਰ ਅੱਖਾਂ ਨੇ ਪੱਥਰ ਦੀਆਂ, ਲੱਗਦਾ ਇੱਦਾਂ ਹੀ ਹੈ ਕਿ ਸਹੀ ਹੈ, ਨਜ਼ਰ ਨਹੀਂ ਉਹਨਾਂ ਨੂੰ ਆਉਂਦਾ। ਅੰਨੇ ਨੇ? ਅੰਨੇ ਨੇ ਬਜ਼ੁਰਗ। ਹਾਂਜੀ,
ਉਹਨਾਂ ਨੂੰ ਹੀ ਮੰਨੀ ਬੈਠੇ, ਉਹਨਾਂ ਨੂੰ ਵੀ ਤੈਰਾਕੀ ਸਿਖਾਉਣੀ। ਤੈਨੂੰ ਕਿਸੇ ਨੇ ਕਿਹਾ ਕਰਾਚੀ ਸਮੁੰਦਰ ਅੰਨੀ ਮੰਗਣ ਡਿਆ ਕਿ ਅੰਨੀ ਪਾਓ ਇੱਥੇ, ਉਹਨਾਂ ਨੂੰ ਵੀ ਤੈਰਾਕੀ ਸਿਖਾਉਣੀ। ਬਹੁਤ ਅੱਛੇ, ਉਹ ਗਹਿਰੇ ਪਾਣੀ 'ਚ ਜਾ ਰਿਹਾ ਹੋਵੇ, ਹੈਂ ਅਸੀਂ ਉਹਨੂੰ ਕਹੀਏ ਐ ਨੂੰ ਆ ਕਿਨਾਰਾ ਸਮਝ ਕੇ ਸੈਂਟਰ 'ਚ ਚੱਲ ਜਾਵੇ। ਅਤੇ ਸਾਡੇ 'ਚੋਂ ਕਿੰਨੇ ਜਾਣਾ ਸੈਂਟਰ 'ਚ, ਅਸੀਂ ਤਾਂ ਇੱਥੇ ਨਹੀਂ ਛੇਤੀ ਜਾਈਏ। ਅੱਗੇ ਜਾਵੇ ਸ਼ਾਰਕ ਟੱਕਰ ਜਾਵੇ, ਹੈਂ ਸ਼ਾਰਕ ਨਾ ਵੀ ਖਾਣਾ ਹੋਵੇ ਇਸ ਗੱਲੋਂ ਖਾ ਲਵੇ ਵੀ ਕਦੋਂ ਦਾ ਮੈਨੂੰ ਘੂਰੀ ਜਾਣ ਦਿਆ, ਅਤੇ ਉਹਦੇ ਦਿਨ 'ਚ ਇਹ ਹੋਣਾ ਵੀ ਅੱਗੇ ਕੱਖ ਵੀ ਨਹੀਂ। ਉਹ ਯਾਰ ਕਿਤੇ ਮਗਰਮੱਛ ਸਮੁੰਦਰ 'ਚ ਟੱਕਰ ਜਾਏ, ਜੇ ਵੇਖ ਨਾ ਦੋ ਬੰਦਿਆਂ ਦੇ ਚੱਪੂ ਹੈ ਨਹੀਂ ਗੇ, ਉਹਨਾਂ ਦੀ ਇੱਕ ਇੱਕ ਬਾਂਹ ਆ। ਚੱਪੂ ਨਾ ਕਹੋ, ਬਾਹਾਂ ਨਹੀਂ ਹੈਗੀਆਂ, ਬਾਹਾਂ ਨਹੀਂ ਹੈਗੀਆਂ। ਫਿਰ ਦੂਸਰਾ ਜਿਹੜਾ ਉਹਦੀਆਂ ਦੋਵੇਂ ਬਾਹਾਂ ਨਹੀਂ ਹੈਗੀਆਂ, ਉਹ ਉੱਤੇ ਕਰ ਦਿੱਤਾ, ਅਤੇ ਜੇ ਅੱਗੇ ਉਹ ਕੋਈ ਬਲਾ ਆ ਗਈ ਇਹਨਾਂ ਨੂੰ ਟੱਕਰ ਗਈ, ਅਤੇ ਚਲੋ ਜਿਹਨਾਂ ਦੇ ਇੱਕ ਇੱਕ ਚੱਪੂ ਉਹ ਤਾਂ ਇੰਜ ਦੁਆ ਕਰ ਲੈਣਗੇ, ਅਤੇ ਤੀਸਰੇ ਦੀਆਂ ਜਿਹਦੀਆਂ ਦੋਵੇਂ ਬਾਹਾਂ ਹੈ ਨਹੀਂ, ਉਹਨੂੰ ਕੀ ਕਹਿਣਗੇ ਕਿ ਤੂੰ ਬੋਲ ਕੇ ਕਹਿ ਕੇ ਅੱਲਾ ਸਾਨੂੰ ਬਚਾ ਲਾ। ਉਹ ਜਿਹਦੀ ਇੱਕ ਬਾਂਹ ਹੈ ਉਹ ਤਾਂ ਕਰ ਲੂਗਾ, ਇਹਨਾਂ ਦੀ ਤਾਂ ਇੱਕ ਹੱਥ ਇੰਜ ਕਰ ਲੂ, ਇੱਕ ਨਾਲ ਐਂ ਕਰ ਲੂ, ਗੋਡਾ ਕਰ ਲੂ। ਕੁਛ ਖੁਦਾ ਦਾ ਖੌਫ ਖਾ, ਬਜ਼ੁਰਗਾਂ ਨੂੰ ਕਿਹੜੇ ਪਾਸੇ ਲਾਉਣ ਡਿਆ, ਆਪਣੀ ਆਖਰਤ ਬਣਾ, ਉੱਥੋਂ 100 ਬਾਬਿਆਂ ਦਾ ਜ਼ਹਿਰ ਬਣਾਉਣ ਡਿਆ। 100 ਬਜ਼ੁਰਗ ਇਹਨਾਂ ਨੂੰ ਟੋਟਲ ਤੂੰ ਸਾਰਿਆਂ ਨੂੰ ਲਿਜਾ ਕੇ ਨਾ ਇਕੱਠਾ ਕਰਕੇ 5-7 ਇਕੱਠੇ ਇੱਕੋ ਬਣਾ ਲਾ 100 ਦਾ। ਦੇਖ ਲਓ ਕਿ ਉਹ ਨਵੀਨੇ ਦੀ ਕਿਹੜੀ ਗੱਲ ਆਇਆ ਸੀ, ਨਵੀਨੇ ਦੀ ਗੱਲ ਨਹੀਂ ਕੋਈ ਨਹੀਂ। ਨਵੀਨੇ ਨੂੰ ਅਸੀਂ ਕਹੀਏ ਸਾਡੇ ਮਗਰ ਆ, ਉਹ ਦਿਲ ਕਰੇ ਦੂਸਰੇ ਦੇ ਮਗਰ ਚਲ ਜੇ, ਉਹਨੂੰ ਦਿਸਦਾ ਨਹੀਂ ਨਾ। ਨਹੀਂ ਨਹੀਂ, ਉਹਨੂੰ ਟੱਪ 'ਚ ਵਾੜ ਦਿਓ, ਉਹਨੂੰ ਕੋਈ ਸਮੁੰਦਰ ਆ, ਹੁਣ ਤਾਂ ਪਾਣੀ ਦਾ ਹੀ ਅੰਦਾਜ਼ਾ ਲਾਉਣਾ ਨਾ ਵੀ ਖਰੇ ਕਿੰਨਾ ਕੁ ਗਹਿਰਾ, ਉਹਨੇ ਕਿਹੜਾ ਵੇਖ ਕੇ ਕਹਿਣਾ ਵੀ ਇਹ ਸਮੁੰਦਰ ਆ। ਜਾਂ ਤਾਂ ਉਹ ਜਿਹੜੇ ਦੋ ਅੰਨੇ ਨੇ ਉਹਨਾਂ ਦੇ ਨਾਲ ਸਾਨੂੰ ਕੋਈ 20,000 ਤੇ ਬੰਦੇ ਦੇ ਕਹੂ ਦੇ ਡੰਡੇ ਲੈ ਕੇ, ਚਲੋ ਉਹਨਾਂ ਨੂੰ ਪਾਣੀ ਪੂਣੀ ਨਾਲ ਨਜ਼ਰ ਆਵੇ, ਡਾਂਗਾ ਖਾ ਕੇ ਤਾਰੇ 'ਤੇ ਨਜ਼ਰ ਆਉਣਗੇ। ਉਹ ਜਿਹੜੇ ਨਵੀਨੇ ਦੋਸਤ ਨੇ ਨਾ, ਉਹਨਾਂ ਨੂੰ ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਚਾਚਾ ਜੀ ਤੁਸੀਂ ਸੌਨੇ ਕਿੱਦਾਂ ਆ, ਕਿ ਆਮ ਬੰਦਾ ਤਾਂ ਜਿਹੜਾ ਉਹਨਾਂ ਦੇ ਅੱਖਾਂ ਬੰਦ ਕਰਨੀਆਂ, ਸੌਨੇ ਕਿੱਦਾਂ? ਕਹਿੰਦਾ ਅਸੀਂ ਸੌਣਾ ਤਾਂ ਹੁੰਦਾ ਨਹੀਂ, ਅਸੀਂ ਚੁੱਪ ਹੀ ਕਰਨਾ ਹੁੰਦਾ। ਸੁੱਤੇ ਤੇ ਅਸਲਾਂ ਤੋਂ ਉਹ ਤਾਂ ਸੁੱਤੇ ਦੇ, ਕਹਿੰਦੇ ਅਸੀਂ ਕਦੋਂ ਸੌਣਾ ਹੁੰਦਾ, ਅਸੀਂ ਬਸ ਚੁੱਪ ਹੀ ਕਰਨਾ ਹੁੰਦਾ। ਵੈਸੇ ਤੈਰਾਕੀ ਸਾਹਿਬ ਇਹ ਗੱਲ ਵੈਸੇ ਠੀਕ ਹੈ ਕਿ ਅੰਨੇ ਬੰਦੇ ਨੂੰ ਕੀ ਪਤਾ ਕਿੱਦਾਂ ਸੌਣਾ, ਅੰਨਾ ਬੰਦਾ ਅੱਖਾਂ ਖੋਲ੍ਹ ਕੇ ਸੌਂਦਾ। ਤੁਸੀਂ ਵੀ ਅੱਖਾਂ ਖੋਲ੍ਹੋ, ਮਾਲ ਆ ਰਿਹਾ, ਫੀ ਬਾਬਾ 10,000 ਰੁਪਇਆ। ਉਹ ਯਾਰ ਫੀ ਬਾਬਾ 10,000 ਰੁਪਇਆ ਬੜਾ ਤੂੰ, ਬਾਬਾ ਬਾਰਡਰ ਪਾਸ ਕਰਾਉਣਾ ਬਾਬੇ ਨੂੰ, ਫੀ ਬਾਬਾ 10,000 ਰੁਪਇਆ। ਸਮਗਲਿੰਗ ਕਰਵਾਉਣੀ ਅਸੀਂ ਬਾਬੇ ਕੋਲੋਂ, ਉੱਥੋਂ ਤਾਂ ਸਾਰੇ ਬਜ਼ੁਰਗ ਆਦਮੀ ਆ। ਕੀ ਇਹਨਾਂ ਦਾ ਕਿਤੋਂ ਬਿਆਨਾ ਤਾਂ ਨਹੀਂ ਫੜਿਆ 100 ਬਾਬੇ ਦਾ ਡਾਇਰੈਕਟ ਸਮੁੰਦਰ ਤੇ ਲੈ ਗਏ? ਸਾਡੇ ਇੱਕ ਬਜ਼ੁਰਗ ਨੇ ਬੱਸ ਚਲਾਉਂਦੇ ਸੀ, ਬੜੇ ਮਸ਼ਹੂਰ ਡਰਾਈਵਰ ਸੀਗੇ, ਮਤਲਬ ਕਿ ਬੱਸ ਉੱਥੋਂ ਕੱਢ ਕੇ ਲੈ ਜਾਂਦੇ ਸੀ ਜਿੱਥੋਂ ਰਕਸ਼ਾ ਵੀ ਨਹੀਂ ਨਿਕਲਦਾ। ਬੱਲੇ ਬੱਲੇ, ਇੰਨੀ ਕੁ ਬੱਸ ਸੀ, ਉਹਨੇ ਕਿੱਦਾਂ ਕੱਢੀ ਜੀ ਬਜ਼ੁਰਗ ਸਾਹਿਬ ਨੇ? ਬਜ਼ੁਰਗ ਜਾ ਰਿਹਾ ਜਨਾਬ, ਅਤੇ ਦੋ ਨਿਸ਼ਾਨ ਟਰਾਲੇ ਜਾ ਰਹੇ ਨੇ ਵੱਡੇ ਵੱਡੇ, ਅਤੇ ਵਿੱਚੋਂ ਜਗ੍ਹਾ 2 ਫੁੱਟ, ਅਤੇ ਮੈਂ ਨਾਲ ਬੈਠਾ ਹਾਂ। ਮੈਂ ਕਿਹਾ ਇੱਥੋਂ ਗੱਡੀ ਨਹੀਂ ਨਿਕਲਣੀ, ਕਹਿੰਦਾ ਨਿਕਲੇਗੀ। ਤੂੰ ਇਹਦੇ ਨਾਲ ਬੈਠਾ? ਹਾਂ। ਲਓ ਜੀ ਗੱਡੀ ਉਹਨੇ ਵਿੱਚ ਠੋਕੀ ਹੈ, ਅਤੇ ਇੱਥੇ ਤੱਕ ਫਰਕ, ਮਤਲਬ ਕਿ ਇੱਥੋਂ ਥੱਲੇ ਥੱਲੇ ਹੈ ਨਹੀਂ ਗਾ, ਇੱਥੇ ਜ਼ਰਾ ਤੁਸੀਂ ਤਵੱਜੋ ਦੇਣੀ ਹੈ, ਇਹਨਾਂ ਨੂੰ ਸਹੀ ਤਰ੍ਹਾਂ ਸਿਖਾਉਣੀ ਹੈ। ਇੱਥੋਂ ਥੱਲੇ ਹੈ ਨਹੀਂ, ਧੁੰਨੀ ਤੋਂ ਥੱਲੇ ਧੜ ਹੈ, ਥੱਲੇ ਲੱਤਾਂ ਲੁੱਤਾਂ ਹੈ ਨਹੀਂ, ਇੰਨਾ ਥੱਲੇਲਾ ਰਾਬਤਾ ਹੀ ਮੁਨਕਤਾ ਹੋਇਆ ਹੈ ਨਾ, ਹੈ ਹੀ ਨਹੀਂ। ਉਹਨੂੰ ਨਹੀਂ ਭਾਅ ਜੀ ਤੈਰਾਕੀ ਸਿਖਾਉਣੀ। ਕਿਉਂ ਨਾ ਉਹਨੂੰ ਭਾਅ ਜੀ ਤੁਸੀਂ ਉਹਨੂੰ ਤੁਸੀਂ ਨਾ ਸੜਕ 'ਤੇ ਖਿਲਾਰ ਦਿਓ ਨਾ, ਲੋਕਾਂ ਨੇ ਇਹੀ ਸਮਝਣਾ ਇਹਨਾਂ ਨਾਲ ਪਾਣੀ 'ਚ ਆ, ਥੱਲੇ ਹੈ ਹੀ ਕੋਈ ਨਹੀਂ। ਕਿੰਨੇ ਬੰਦੇ ਹੋ ਗਏ ਜਿਹੜੇ ਡੈਮੇਜ ਆ? ਦੋ ਅੰਨੇ, ਦੋ ਦੇ ਚੱਪੂ ਖਰਾਬ ਆ, ਦੋ ਨੂੰ ਵਾਲੀਆਂ ਬਾਹਾਂ ਹੀ ਹੈ ਨਹੀਂ। ਹਾਂਜੀ ਹਾਂਜੀ। ਇਹ ਕਿੰਨੇ ਹੋ ਗਏ ਮਿਲਾ ਕੇ? 6। ਹਾਂਜੀ, 6 ਬੰਦੇ। ਹਾਂਜੀ, ਅਤੇ ਤੂੰ ਜਿਉਂ ਇੱਥੇ ਇਹਨਾਂ ਦੇ ਰੁਪਈਆ 20-20 10-10,000 ਭਰਨ ਡਿਆ, ਹੈਂ ਇਹਨਾਂ ਨੂੰ ਇੱਕ ਇੱਕ ਗੱਡੀ ਲੈ ਕੇ ਦੇ, ਇੱਕ ਬੰਦਾ ਰੱਖ ਡਰਾਈਵਰ, ਉਹ ਸਵੇਰ ਨੂੰ ਇਹਨਾਂ ਨੂੰ ਝੰਗ ਬਾਜ਼ਾਰ ਲਾ ਕੇ ਆਵੇ, ਸ਼ਾਮ ਨੂੰ ਲੈ ਕੇ ਆਵੇ, ਨਿਰੇ ਨੋਟ ਆ ਇਹਨਾਂ ਕੋਲ, ਇਹਨਾਂ ਨੂੰ ਕਹ ਮੰਗਿਆ ਕਰੋ। ਇਹ ਥੱਲੋਂ ਇਹਨਾਂ ਨਾਲ ਵੱਡੇ ਆ ਜਿਹੜਾ ਹੁਣ ਇਹਨਾਂ ਬੰਦਾ, ਤੇ ਥੱਲੇ ਕੀ ਟਾਂਕੇ ਲੱਗੇ? ਨਹੀਂ ਟਾਂਕੇ ਨਹੀਂ ਲੱਗੇ, ਉਹ ਥੱਲੇ ਇੰਜ ਆ ਜਿਵੇਂ ਉਹ ਗੋਸ਼ਤ ਕਰਨ ਵਾਲੀ ਮੁੱਢੀ ਨਹੀਂ ਹੁੰਦੀ, ਹਾਂ ਥੱਲੇ ਉਹ ਪਲੇਨ ਆ ਬਿਲਕੁਲ, ਤੇ ਬੈਲੈਂਸ ਰੱਖਿਆ ਕਿ ਇੰਜ ਇੰਜ ਵੀ ਨਹੀਂ ਹੁੰਦਾ ਬਿਲਕੁਲ ਪਤਲਾ। ਜਦੋਂ ਹਾਂ ਤੁਸੀਂ ਇੰਜ ਦੋ ਪਾਸੇ ਬਾਹਾਂ ਤੋਂ ਫੜ ਕੇ ਤੇ ਭਾਵੇਂ ਉੱਤੋਂ 6 ਫੁੱਟ ਤੋਂ ਛੱਡ ਵੀ ਦਿਓ ਨਾ, ਤੇ ਉਹਨੇ ਤੜਾ ਥੱਲੇ ਆ ਕੇ ਸਿੱਧਾ ਲੱਗਣਾ। ਇਹਨੂੰ ਨਾ ਤੈਰਾਕੀ ਸਿਖਾ, ਹਾਂ ਇਹ ਫਿਆਈ ਕਸਾਈ ਨੂੰ ਦੇ ਦੇ। ਨਹੀਂ ਨਹੀਂ, ਮੈਨੂੰ ਇੱਕ ਭਾਈ ਰਿਆਜ਼ ਦੇ ਭਾਈ ਨੂੰ, ਹਾਂ ਉਹਦੇ ਕੋਲ ਜਿਹੜੀ ਪਹਿਲੀ ਮੁੱਢੀ ਹੈ ਨਾ ਉਹ ਖਰਾਬ ਹੋ ਗਈ ਹੈ। ਇਹਨੂੰ ਸਿਰ ਵਾਲੇ ਪਾਸੇ ਜ਼ਮੀਨ 'ਚ ਕੱਢ ਲੈਗਾ, ਤੇ ਇੱਥੇ ਦੇ ਕੀਮੇ ਸ਼ੀਮੇ ਕੁੱਟਦਾ ਰਹੇਗਾ, ਉਹਦੀ ਗੱਲ ਤਾਂ ਸੁਣ ਕੇ ਮਰ ਜਾ ਕਿਤੇ। ਬਿਲਕੁਲ ਸਿੱਧਾ ਥੱਲੋਂ। ਹਾਂਜੀ ਬਿਲਕੁਲ ਬਿਲਕੁਲ। ਇਹ ਜਦੋਂ ਬਾਬੇ ਦੀਆਂ ਲੱਤਾਂ ਵੱਡੀਆਂ ਸੀ, ਜ਼ਾਹਰੀ ਗੱਲ ਆ ਬੈਲੈਂਸ ਦੇ ਵਿੱਚ ਤੇ ਵੱਡੀਆਂ ਨਹੀਂ ਗਈਆਂ ਹੋਣੀਆਂ। ਤੁਸੀਂ ਬਾਕੀ ਬਾਬਾ ਫੜ ਕੇ ਅੰਜ ਰੇਗਮਾਲ ਤੇ ਰਗੜ ਕੇ ਥੱਲੋਂ ਬੈਲੈਂਸ ਚੈੱਕ ਕਰਦੇ ਰਹੇ ਆ ਵੀ ਬਰਾਬਰ ਦਾ ਹੀ ਆ, ਤਾਂ ਕਿਤੇ ਖਿਲਾਰ ਦਈਏ ਬਾਬਾ। ਇੰਨਾ ਬੈਲੈਂਸ ਕਿੱਦਾਂ ਹੋ ਗਿਆ ਬਾਬੇ ਦਾ ਵੱਡੇ ਦਾ? ਇਹ ਆ ਨਾ ਕਿ ਜਿੱਦਣ ਉਹ ਉਹਦਾ ਆਪਰੇਸ਼ਨ ਕਰਕੇ ਥੱਲਿਓਂ ਲਾਇਆ ਨਾ ਬਾਬਾ, ਧੁੰਨੀ ਦੇ ਅੱਧੀ ਧੁੰਨੀ ਹੈਗੀ, ਅੱਧੀ ਨਹੀਂ ਹੈਗੀ, ਇਹ ਤੂੰ ਢਿੱਡ ਦਾ ਵੀ ਕੱਚਾ ਹੀ ਆ। ਸਾਨੂੰ ਤੈਰਾਕੀ ਵਾਸਤੇ ਨਹੀਂ ਦੇਣ ਡਿਆ, ਇਹ ਤੂੰ ਸਾਨੂੰ ਸਮੁੰਦਰੀ ਮੰਗਤ ਦੇਣ ਡਿਆ।
ਕੋਈ ਵੀ ਠੀਕ ਨਹੀਂ ਹੈਗਾ ਇੰਨਾ ਕੀ ਆ ਟੋਟਲ ਮਤਲਬ ਮੈਂ ਉਹਨੂੰ ਪਾਣੀ 'ਚ ਤੈਰਾਕੀ ਸਿਖਾਉਣ ਲੈ ਜਾਂ ਮੇਰੇ 'ਤੇ ਕਤਲ ਪੈ ਜਾਵੇ ਕਤਲ ਕਾਹਦਾ ਲੋਕਾਂ ਨੇ ਕਹਿਣਾ ਵੇਖ ਇਹਨੇ ਤੈਰਾਕੀ ਸਿਖਾਉਣ ਦਿਆ ਸੀ ਇਹਨੂੰ ਥੱਲੋਂ ਮਗਰਮੱਛ ਨੇ ਵੱਢ ਲਿਆ ਉਹ ਤਾਂ ਪਹਿਲੇ ਵੱਡਾ ਵਢਾਇਆ ਯਾਰ ਉਹਨੂੰ ਕਿਤੇ ਵੀ ਖਿਲਾਰ ਦੇ ਛੱਪੜ 'ਚ ਖਿਲਾਰ ਦੇ ਉਹਨੂੰ ਕਹੇ ਤੂੰ ਇਹਨਾਂ ਨਾਲ ਥੱਲੇ ਹੀ ਆ ਦਸ ਦਸ ਹਜ਼ਾਰ ਮੁੱਕ ਗਿਆ ਤੁਹਾਡਾ ਮੇਰਾ ਫੀ ਬਾਬਾ ਦਸ ਦਸ ਹਜ਼ਾਰ ਰੁਪਇਆ ਨਾ ਉੱਥੇ ਉਹਨਾਂ ਨਹਿਰ 'ਤੇ ਲੈ ਜਾ ਉੱਥੇ ਕੋਈ ਬੰਦੇ ਚਾਰ ਰਹਿ ਲਾ ਜਿਹੜੇ ਡੱਬੇ ਭਰ ਭਰ ਉਹਨਾਂ ਦੇ ਸਿਰ 'ਤੇ ਪਾਣੀ ਦੇ ਪਾਉਂਦੇ ਰਹਿਣ ਉਹ ਕਿਹੜੀ ਉਹਨਾਂ ਨੂੰ ਆਖਰ ਆਈ ਹੈ ਕਿ ਉਹਨਾਂ ਨੇ ਨਹਾਉਣਾ ਕਿੰਨੇ ਬਜ਼ੁਰਗ ਆ ਜੀ 100 ਬਜ਼ੁਰਗ ਆ ਜੀ ਇਹ 100 ਬਜ਼ੁਰਗ ਨੂੰ ਇਕੱਠੇ ਕਰਕੇ ਨਾ ਇੱਕ ਸੱਚੀ ਮੁੱਚੀ ਦੇ ਬਜ਼ੁਰਗ ਕੋਲ ਲੈ ਜਾ ਅਤੇ ਉੱਥੇ ਇਹਨਾਂ ਵਾਸਤੇ ਦੁਆ ਕਰਾ ਕੇ ਇਹਨਾਂ ਸਾਰਿਆਂ 'ਚ ਕੋਈ ਨਾ ਕੋਈ ਸਹੀ ਹੋ ਜਾਵੇ ਇਹਨਾਂ ਕੋਲ ਅਸਲ ਬਜ਼ੁਰਗ ਕੋਲ ਲੈ ਜਾ ਇੰਨੇ ਇੱਕ ਬਜ਼ੁਰਗ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੈਨੂੰ ਕਿਸੇ ਨੇ ਚੱਜ ਦਾ ਬਜ਼ੁਰਗ ਨਹੀਂ ਦਿੱਤਾ ਕੱਲ੍ਹ ਤੁਰ ਵੀ ਲੈਂਦਾ ਸਾਹ ਵੀ ਲੈ ਲੈਂਦਾ ਅਲਾ ਦੌੜ ਵੀ ਲੈਂਦਾ ਤੇਰੇ ਕੋਲ ਤਾਂ ਬਜ਼ੁਰਗ ਹੀ ਸਾਰੇ ਤੂੰ ਤਾਂ ਸਿਖਾਉਣੀ ਵੀ ਤੈਰਾਕੀ ਆ ਯਾਰ ਜਵਾਨ ਦਾ ਕੰਮ ਆ ਚੰਗੇ ਭਲੇ ਦਾ ਇੱਕ ਬਜ਼ੁਰਗ ਨੇ ਉਹਨਾਂ ਨੂੰ ਹੈਪੇਟਾਈਟਸ ਉਹਨਾਂ ਦੇ ਢਿੱਡ 'ਚ ਪਾਣੀ ਪਿਆ ਹੈ ਸਦਕੇ ਢਿੱਡ 'ਚ ਪਾਣੀ ਪਿਆ ਹਾਂਜੀ ਅਤੇ ਦੂਜੇ ਬਜ਼ੁਰਗ ਨੂੰ ਮੂੰਹ ਖੋਲ੍ਹ ਕੇ ਉਹਦੇ ਅੰਦਰ ਛੱਡ ਦਿਓ ਉੱਥੇ ਸਿੱਖ ਲਵੇ ਤੈਰਾਕੀ ਜੇ ਇੰਨਾ ਹੀ ਪਾਣੀ ਪੈ ਗਿਆ ਉਹਦੇ ਅੰਦਰ ਤੋਂ ਅਤੇ ਉਹ ਤੋਂ ਉਹਨੂੰ ਪਾਣੀ ਪਿਆ ਕਹਿਣ ਡਿਆ ਅਤੇ ਫਿਰ ਉਹਨੂੰ ਪਾਣੀ 'ਚ ਲਿਜਾਣ ਡਿਆ ਲੈ ਢਿੱਡ 'ਚ ਪਾਣੀ ਪਿਆ ਮੇਰਾ ਖਿਆਲ ਹੈ ਤੁਹਾਨੂੰ ਨਾ ਆਪਣੇ ਬੱਚਿਆਂ ਦੇ ਰਿਜ਼ਕ ਨਾਲ ਪਿਆਰ ਨਹੀਂ ਹੈਗਾ ਉਹ ਤੈਨੂੰ ਬਜ਼ੁਰਗਾਂ ਨਾਲ ਪਿਆਰ ਨਹੀਂ ਹੈਗਾ ਉਹ ਤੂੰ ਕਿਸੇ ਬਜ਼ੁਰਗ ਨੂੰ ਮੰਨਦਾ ਉਹਦੀ ਮੰਨ ਕੇ ਅਤੇ ਇਹਨਾਂ ਬਜ਼ੁਰਗਾਂ 'ਤੇ ਰਹਿਮ ਕਰ ਉਹਨਾਂ ਨੇ ਮੈਨੂੰ ਆਪ ਕਿਹਾ ਕਿ ਸਾਨੂੰ ਤੈਰਾਕੀ ਸਿਖਾਓ ਉਹ ਯਾਰ ਮੈਂ ਜਿਸ ਬੰਦੇ ਦੀ ਬਾਂਹ ਹੈਣੀ ਆ ਭਾਈ ਕਿੱਦਾਂ ਉਹ ਮੈਨੂੰ ਦੱਸ ਵਜੇ ਇੱਦਾਂ ਕਿੱਦਾਂ ਸਿੰਗਲ ਤਰ ਲਏਗਾ ਆਉਣਾ ਨੇ ਮੇਰੇ ਵੱਲ ਨੂੰ ਆ ਉੱਥੇ ਘੁੰਮ ਕੇ ਧੀਰੀ ਉਹਨੇ ਕਰੀ ਜਾਣੀ ਯਾਰ ਇਹ ਹੀ ਆ ਨਾ ਕਿ ਉਹਦਾ ਨਹੀਂ ਉਹਦਾ ਸੱਜਾ ਪਤਾ ਚੱਲਦਾ ਖੱਬਾ ਤਾਂ ਚੱਲਦਾ ਨਾ ਸਾਡੀ ਸਮਝੋ ਬਾਹਰ ਅਸੀਂ ਨਹੀਂ ਸਿਖਾ ਸਕਦੇ ਕੋਈ ਲੂਲਾ ਕੋਈ ਲੰਗੜਾ ਨਵੀਨਾ ਜਿਹੜਾ ਬਾਬਾ ਆ ਹੈ ਇਹਨੂੰ ਮੈਂ ਪਾਣੀ 'ਚ ਛੱਡਾਂ ਕਿ ਵੀ ਤੈਰਾਕੀ ਕਰ ਲੈ ਇਹਦੇ ਪਿੱਛੇ ਮਗਰਮੱਛ ਆ ਜਾਵੇ ਜਾਂ ਸ਼ਾਰਕ ਮੱਛਲੀ ਆ ਜਾਵੇ ਹੈ ਇਹਨੂੰ ਮੈਂ ਕਹਾਂ ਬਾਹਰ ਆ ਜਾ ਬਾਹਰ ਆ ਜਾ ਇਹਨੂੰ ਕਿਹੜਾ ਨਜ਼ਰ ਆਉਣਾ ਮੈਂ ਕਿੱਧਰੋਂ ਵਾਜਾ ਮਾਰਦਾ ਇਹ ਜਾ ਕੇ ਮਗਰਮੱਛ ਦੇ ਉੱਤੇ ਚੜ੍ਹ ਕੇ ਕਹੇ ਟੈਨਸ਼ਨ ਨਾ ਲਓ ਮੈਂ ਖੁਸ਼ਕੀ 'ਤੇ ਆ ਗਿਆ ਚੜ੍ਹਿਆ ਮਗਰਮੱਛ ਦੇ ਉੱਤੇ ਹੀ ਹੋਵੇ ਉਹਨੂੰ ਕਿਹੜਾ ਨਜ਼ਰ ਆਉਣਾ ਆਪਣੇ ਵੱਲੋਂ ਜਜ਼ੀਰੇ 'ਤੇ ਬੈਠਾ ਹੋਵੇ ਜਾ ਕੇ ਤੁਹਾਡੀ ਮੱਤ ਵੱਜੀ ਆ ਯਾਰ ਬਜ਼ੁਰਗਾਂ ਨੂੰ ਕੋਈ ਸ਼ਰਮ ਚਾਹੀਦੀ ਹੈ ਕੋਈ ਹਜ਼ਾਰ ਚਾਹੀਦੀ ਹੈ ਇਸ ਉਮਰੇ ਤੈਰਾਕੀ ਸਿਖਾਉਣੀ ਇਹਨਾਂ ਨੂੰ ਉਹ ਆਹੋ ਤੂੰ ਇੱਧਰ ਕਿਤੇ ਮੱਕੂਆਣੇ ਵਾਲੀ ਸਾਈਡ 'ਤੇ ਜਾ ਜਿਨ੍ਹਾਂ ਦਾ ਇੱਕ ਇੱਕ ਚੱਪੂ ਕੰਮ ਨਹੀਂ ਕਰਦਾ ਉਹਨਾਂ ਨੂੰ ਤੇਲ ਲੈ ਕੇ ਦੇ ਕਿਸੇ ਬਾਬੇ ਕੋਲੋਂ ਉਹਨਾਂ ਦੀਆਂ ਮਾਲਿਸ਼ਾਂ ਕਰ ਉਹਨਾਂ ਦੇ ਹੱਥ ਚੱਲਣ ਤੂੰ ਤਾਂ ਉਹਨਾਂ ਦੇ ਦੋਵੇਂ ਹੱਥ ਵੀ ਬੰਦ ਕਰਾਉਣ ਨੂੰ ਫਿਰਨੇ ਆ ਕਿੰਨੇ ਕੁ ਚਲਾ ਲੈਣਗੇ ਹੈਂ ਜਾਂ ਉਹਨਾਂ ਨੂੰ ਵਾਜੇ ਵਾਲਿਆਂ ਨਾਲ ਛੱਡ ਦੇ ਉਹ ਜਿਹੜਾ ਮੇਨ ਬੰਦਾ ਨਹੀਂ ਹੁੰਦਾ ਸਟਿੱਕ ਅੱਗੇ ਉਹ ਬਣਾ ਦੇ ਉਹਨਾਂ ਨੂੰ ਉਹ ਤਾਂ ਸਿੱਟੀ ਤਾਂ ਸੱਠ ਸਿਰ 'ਚ ਚਲੋ ਜੀ ਅੱਲਾਹ ਦੇ ਹਵਾਲੇ ਆ ਜਿਹੜਾ ਅੰਨਾ ਬਜ਼ੁਰਗ ਆ ਇਹ ਬਜ਼ੁਰਗੀ 'ਚ ਵੀ ਆ ਕੇ ਬੇਅਦਬ ਹੋਣਾ ਗੁਸਤਾਖ ਹੋਣਾ ਹਰ ਬੰਦੇ ਨੂੰ ਇਹੀ ਕਹਿੰਦਾ ਹੋਣਾ ਯਾਰ ਇਹ ਘੂਰੀ ਪਾ ਕੇ ਵੇਖੀ ਜਾਂਦਾ ਮਤਲਬ ਹੁਣ ਤਾਂ ਨਜ਼ਰ ਵਿਚਾਰਿਆਂ ਨੂੰ ਕੋਈ ਨਹੀਂ ਆਉਂਦਾ ਪੱਥਰ ਦੀਆਂ ਅੱਖਾਂ ਨੇ ਪੱਥਰ ਦੀਆਂ ਅੱਖਾਂ ਨੇ ਆ ਤਰਾਕੀ ਆ ਵੀ ਗਈ ਨਾ ਅੱਖਾਂ ਦੇ ਡੇਲਿਆਂ ਦੇ ਵਜ਼ਨ ਦੀ ਵਜ੍ਹਾ ਤੋਂ ਡੁੱਬ ਜਾਣਾ ਇਹਨੇ ਹੱਦ ਮੁਕਾਤੀ ਯਾਰ ਤੂੰ ਤੇ ਬਜ਼ੁਰਗਾਂ ਨਾਲ ਪਿਆਰ ਕਰੀਦਾ ਤੂੰ ਉਹਨਾਂ ਦੇ ਮਰਨ ਦਾ ਇੰਤਜ਼ਾਮ ਕਰਨ ਡਿਆ ਉੱਤੋਂ ਸਮੁੰਦਰ ਤੇ ਕਿਸੇ ਦੀ ਲੱਤ ਹੈ ਨਹੀਂ ਇੱਥੇ ਤਾਂ ਚਲੋ ਕੋਈ ਸਾਡੇ ਵਰਗਾ ਬਾਬੇ ਨੂੰ ਹੱਥ ਫੜ ਕੇ ਬਾਹਰ ਕੱਢ ਲੈਗਾ ਸਮੁੰਦਰ 'ਚ ਕਿੰਨੇ ਜਾਣਾ ਹੁਣ ਜਿਹਦੀਆਂ ਦੋਨੋਂ ਬਾਹਾਂ ਨਹੀਂ ਹੈਗੀਆਂ ਹਾਂ ਉਹ ਵੇਖ ਤੂੰ ਕੀ ਕੰਮ ਪਾਇਆ ਉਹ ਲੱਤਾਂ ਨਾਲ ਸਿੱਖ ਲਵੇ ਉਹ ਲੱਤਾਂ ਨਾਲ ਕੀ ਸਿੱਖ ਲਵੇ ਉਹਦੀ ਧੌਣ ਫਿਰ ਉੱਧਰ ਸ਼ਿਫਟ ਕਰਾ ਦੇ ਲੱਤਾਂ ਵਾਲੀ ਸਾਈਡ ਤੇ ਉਹ ਜਿਹਦੇ ਜਿਹਦੀਆਂ ਉਹ ਹੁਣ ਇੰਜ ਧੌਣ ਕਰਕੇ ਤੇ ਵੇਖੇਗਾ ਤੇ ਉਧਰੋਂ ਲੱਤਾਂ ਮਾਰੇਗਾ ਕਿ ਮੈਂ ਕਹਿਣ ਨੂੰ ਜਾ ਰਿਹਾ ਕਿਸੇ ਨੇ ਕੋਈ ਕਵੇ ਇਹਨੂੰ ਕਿੰਨੇ ਸਮੁੰਦਰ 'ਚ ਕੰਨ ਫੜਾਏ ਆ ਜਿਹਦਾ ਥੱਲੋਂ ਇੰਨਾ ਹੈ ਹੀ ਨੀਗਾ ਹੈ ਬੰਦਾ ਤਾਂ ਕਹਿੰਦਾ ਨਾ ਯਾਰ ਬਹਿ ਜਾ ਉਹਨੂੰ ਕੀ ਜਾ ਕੇ ਇੰਜ ਰੱਖ ਦਿੰਦੇ ਆ ਉਹਨੂੰ ਬੰਦਾ ਕਵੇ ਤੂੰ ਪੈ ਜਾ ਕਿਆ ਸਭ ਬੰਦਾ ਹੀ ਉਹ ਇਹ ਆ ਕਿ ਉਹਦੇ ਕੋਲ ਬੈਠਿਆ ਉੱਠਿਆ ਨਹੀਂ ਜਾਂਦਾ ਆਪ ਹੀ ਤੁਸੀਂ ਉਠਾ ਕੇ ਬਹਾਉਣਾ ਆ ਆਪ ਹੀ ਲਟਾਉਣਾ ਆ ਯਾਰ ਮੈਂ ਇੰਨਾ ਗੁਣੀਏ 'ਚ ਐਕਸੀਡੈਂਟ ਪਹਿਲੀ ਵਾਰੀ ਹੁੰਦਾ ਵੇਖਿਆ ਵੀ ਥੱਲੋਂ ਐਨ ਪਲੇਨ ਆ ਯਾਰ ਹਾਂਜੀ ਹਾਂਜੀ ਬਿਲਕੁਲ ਇੰਜ ਗੁਣੀਏ 'ਚ ਮਤਲਬ ਤੁਸੀਂ ਰੱਖੋਗੇ ਨਾ ਮਾੜਾ ਮੋਟਾ ਝੋਕ ਵੀ ਨਹੀਂ ਖਾਣੀ ਜਿੱਥੇ ਤੁਸੀਂ ਰੱਖਣਾ ਉੱਥੇ ਬਸ ਉਹਨੇ ਇੰਜ ਇੰਜ ਹੋ ਕੇ ਨਾ ਇਸ ਬਜ਼ੁਰਗ ਤੋਂ ਫਿਰ ਇੱਕ ਕੰਮ ਲੈ ਲਓ ਇਹ ਰਾਤ ਨੂੰ ਦੁੱਧ ਬਾਲੀਦਾ ਨਾ ਅਤੇ ਮੁੜ ਕੇ ਵੀ ਠੰਡਾ ਹੋਣ ਲਈ ਰੱਖ ਦੇਈਦਾ ਟੱਕਰ ਰੱਖ ਕੇ ਨਾ ਉੱਥੇ ਬਾਬਾ ਰੱਖ ਦਿਆ ਕਰੋ ਤਾਂ ਕਿ ਬਿੱਲੀ ਨਾ ਆ ਕੇ ਮੂੰਹ ਪਾ ਲਵੇ ਢੱਕਣ ਨਾਲ ਚੁੱਕ ਲਵੇ ਜਾਂ ਦਫ਼ਤਰਾਂ 'ਚ ਦੇ ਦਿਓ ਪੇਪਰ ਵੇਟ ਚਾਹੀਦਾ ਹੁੰਦਾ ਉੱਥੇ ਬਾਬਾ ਖਿਲਾਰ ਦਿਆ ਕਰਨ ਸ਼ੀਟਾਂ ਦੇ ਉੱਤੇ ਉਹ ਉੱਥੇ ਕੱਲ੍ਹ ਹੀ ਦੇਣਾ ਵਾ ਇਹ ਜਿਹੜੇ ਬਾਬੇ ਨੂੰ ਨਾ ਜਿਹੜਾ ਇੱਥੋਂ ਫਰਕ ਹੋ ਗਿਆ ਉਹ ਦੇ ਦੇ ਕਿਸੇ ਜ਼ਿਮੀਦਾਰ ਬੰਦੇ ਨੂੰ ਉਹ ਵੇਖਿਆ ਨਾ ਉਹ ਲਾਏ ਹੁੰਦੇ ਆ ਹੈਂ ਬਸ ਇੱਕ ਸੋਟਾ ਹੀ ਉਹਨਾਂ ਨੂੰ ਦੇਣਾ ਪੈਣਾ ਬਸ ਉਹ ਜਿਹੜਾ ਤੁਸੀਂ ਥੱਲੋਂ ਟਾਂਕੇ ਲਵਾ ਕੇ ਤੁਸੀਂ ਪਲੇਨ ਕਰਾ ਲਿਆ ਨਾ ਉਹ ਗਰੈਂਡਰ ਦੇ ਨਾਲ ਥੱਲੋਂ ਵਢਾ ਕੇ ਨਾ ਅਤੇ ਪੁੱਠਾ ਕਰਕੇ ਵਿੱਚ ਕਣਕ ਭਰ ਲਓ ਕੈਸਾ ਬੰਦਾ ਤੂੰ ਕਮਾਲ ਆ ਯਾਰ ਜਵਾਨ ਦਾ ਕੰਮ ਆ ਤੈਰਾਕੀ ਸਿੱਖਣਾ ਤੁਸੀਂ ਆਪ ਸਿੱਖਣੀ ਆ ਤੇ ਗੱਲ ਕਰੋ ਯਾਰ ਬਾਬੇ ਸੌ ਬਾਬਾ ਯਾਰ ਬਾਬਾ ਵੀ ਹੋਵੇ ਬਾਬਾ ਵੀ ਤਾਂ ਕੋਈ ਸਾਲਮ ਦੇਵੇ ਨਾ ਬਾਬੇ ਹੀ ਭੂਰੇ ਦੇਣ ਡੇ ਆ ਇਹਨੇ ਪਾਣੀ 'ਚ ਵੀ ਨਹੀਂ ਜਾਣਾ ਬਾਬੇ ਨੇ ਗੋਤਾ ਖਾ ਕੇ ਇਹਨੇ ਮਰ ਜਾਣਾ ਪਾਣੀ 'ਚ ਵੜ ਦੇਣਾ ਫੁੱਫਾ ਫੁੱਫਾ ਕਰਨਾ ਮੂੰਹ 'ਚ ਦੰਦ ਕੋਈ ਨਹੀਂ ਪਾਣੀ ਲੰਘ ਜਾਣਾ ਬਾਬਾ ਮਰ ਗਿਆ ਨਾ ਅਗਰ ਤੁਹਾਡੇ ਕੋਲੋਂ ਕੋਈ ਤਾਂ ਤੁਹਾਨੂੰ ਸਜ਼ਾਏ ਮੌਤ ਹੋ ਜਾਣੀ ਇਹਨੂੰ ਅਸੀਂ ਤੁਹਾਨੂੰ ਸਿਖਾਉਣੀ ਨਹੀਂ ਬਾਬੇ
ਤੈਨੂੰ ਤੇ ਬਾਬਿਆਂ ਨੇ ਕਿਹਾ ਸੀ ਕਿਤੇ ਸਾਡਾ ਬਿਆਨਾ ਫੜ, ਅੱਸੀ ਸਾਲ ਦਾ ਸਾਡੇ ਗੱਲ ਪਾਉਣ, 80 ਸਾਲ ਦਾ ਬਾਬਾ, 90 ਸਾਲ ਦਾ ਵੀ ਦੱਸਣ ਨੇ, 100 ਸਾਲ ਦਾ ਵੀ ਟੱਪਣ ਨੇ। ਇਹ ਮੈਨੂੰ ਦੱਸੋ ਬਾਬਾ ਕਿੱਦਾਂ ਅਜੀਬ ਲੱਗੂਗਾ ਜੋ ਧਰਦਾ ਹੋਇਆ ਧਰਿਆ, ਦੂਰੋਂ ਕੀ ਲੱਗੇਗਾ, ਕਿਸੇ ਨੇ ਕਹਿਣਾ ਯਾਰ ਇਹਨੂੰ ਤੈਰਾਕੀ ਹੈ। ਨਹੀਂ ਬਾਬੇ ਐਕਟਿਵ ਨੇ, ਲੈ ਐਕਟਿਵ ਨੇ ਉਹ ਆਪਣੀ ਉਮਰ ਦੀ ਵਜ੍ਹਾ ਤੋਂ ਕੰਬਦੇ ਆ, ਹੁਣ ਲੋਕਾਂ ਨੇ ਸਮਝਣਾ ਖਰੇ ਤੇ ਪਿੱਛੇ ਕੋਈ ਜਾਨਵਰ ਲੱਗਾ ਵਾ, ਉੱਥੋਂ ਕੰਬਣਦੇ ਆ ਡਰ ਕੇ। ਉਹ ਜਦੋਂ ਉਹਨੇ ਕੰਬਣਾ ਨਾ ਇੰਜ ਇੰਜ, ਲੋਕਾਂ ਨੇ ਕਹਿਣਾ ਇਹਨਾਂ ਦਾ ਸ਼ਾਗਿਰਦ ਨਹੀਂ ਇਹ ਮਾਈਕਲ ਜੈਕਸਨ ਦਾ ਬ੍ਰੇਕ ਕਰ ਰਿਹਾ। ਉਹ ਯਾਰ 80 ਸਾਲ ਦਾ ਬਾਬਾ ਆ, ਹੁਣ ਮੈਂ ਤੈਰਾਕੀ ਸਿਖਾਵਾਂ ਸਮੁੰਦਰ ਦੇ ਵਿੱਚ ਉੱਤੋਂ ਸਿਖਾਉਣੀ ਆ, ਅੱਗੋਂ ਵੇਲ ਮਛਲੀ ਨਿਕਲ ਆਵੇ ਉਹ ਇਹਨੂੰ ਖਾਣ ਨੂੰ ਆਵੇ ਤੇ ਉਹਨੂੰ ਪਿਆਰ ਦੇ ਕੇ ਵੇਲ ਮਛਲੀ ਨੂੰ ਆ ਜਾਵੇ, ਜਿੰਦੀ ਰਹੋ ਪੁੱਤ। ਸਮੁੰਦਰ ਚ ਬੜੇ ਕੰਮ ਹੁੰਦੇ ਆ, ਇਹ ਜਿਸ ਤਰ੍ਹਾਂ ਦੇ ਤੂੰ ਬੰਦੇ ਲੈ, ਇਹਨਾਂ ਨੇ ਸਮੁੰਦਰ ਚ ਉਹ ਕੰਮ ਕਰਨੇ ਆ ਕਿ ਮੱਛੀਆਂ ਦੇ ਨੱਕ ਫੜ ਲੈਣੇ ਆ ਕਿ ਬਾਬਾ ਜੀ ਦਰ ਬੜੇ ਵੋ ਆਗ ਕਰ ਦਿੱਤਾ। ਮੈਂ 2 ਸਾਲ ਲਾ ਕੇ ਤੈਰਾਕੀ ਸਿਖਾਵਾਂ, ਫਿਰ ਕਿਨਾਰੇ ਤੇ ਖਲੋਤਾ ਹੋਵੇ, ਮੈਂ ਪੁੱਛਾਂ ਜੀ ਇੱਥੇ ਖਲੋਤੇ ਵਿੱਚ ਕਿਉਂ ਨਹੀਂ ਜਾਂਦੇ, ਕਹਿੰਦਾ ਕੋਈ ਆਵੇ ਵੀ ਬਾਹ ਫੜ ਕੇ ਪਾਰ ਕਰਾ ਦੇਵੇ। ਉਧਰੋਂ ਦਿਲ ਕਰੇ ਵੱਡੀ ਮੱਛੀ ਆਉਂਦੀ ਹੋਵੇ, ਅੰਨੇ ਗਾਣਾ ਗਾ ਲਾ ਆਪਣ, ਬਾਹ ਫੜ ਕੇ ਭਾਰ ਲਗਾ ਦੇ ਇਸ ਅੰਨੀਆਂ ਸਰਕਾਰਾਂ ਨੂੰ। ਹੈ ਡੋਲਫੀ ਟੈਮੂ, ਇਹ ਕਿਹੜੇ ਬਾਬੇ ਆ? ਉਹ ਡੋਲਫਾ ਨਾ, ਉਹਦੀ ਨੇਚਰ ਆ ਵੀ ਆ ਕੇ ਪਾਣੀ ਸਿਰ ਚੋਂ ਕੱਢਦੀ ਐ ਕਿ ਧਾਰ ਮਾਰ ਕੇ। ਹੈ ਇਹਨੇ ਉੱਥੋਂ ਦੀ ਹੁਕਾ ਪਿਆਉਣਾ ਸ਼ੁਰੂ ਕਰ ਦੇਣਾ ਬਜ਼ੁਰਗ। ਇਹ ਦਿਲ ਕਰੇ ਉੱਥੋਂ ਪਾਣੀ ਪੀਣ ਲੱਗ ਪੈਣ ਕਿ ਪਤਾ ਨਹੀਂ ਕਿਸੇ ਨੇ ਟੂਟੀ ਚਲਾਈ ਆ ਸਮੁੰਦਰ 'ਚ। ਯਾਰ ਬਾਬੇ 100 ਬਾਬੇ ਨੂੰ ਤੈਰਾਕੀ ਸਿਖਾਉਣੀ ਆ, 100 ਬਾਬਾ ਪਾਣੀ 'ਚ ਲੈ ਕੇ ਲੋਕਾਂ ਨੇ ਕਹਿਣਾ ਲਾਸ਼ਾਂ ਉੱਤੇ ਆਈਆਂ। ਚਲੋ ਭਾਈ ਤੁਹਾਡੀ ਮਰਜ਼ੀ ਹੈ, ਉਹ ਤੇਰੀ ਵੀ ਮਰਜ਼ੀ ਹੈ, ਉਹਨਾਂ ਨੂੰ ਕਿਤੇ ਵੈਸੇ ਹੀ ਕਿਤੇ ਬੰਬ ਰਖਾ ਦੇ ਉਹਨਾਂ ਉੱਤੇ ਬਜ਼ੁਰਗਾਂ 'ਤੇ, ਐਂ ਜਿਹੀਆਂ ਮਰਵਾਉਣ ਡਿਆ ਉਹਨਾਂ। ਭਾਜੀ ਅਸੀਂ ਪੂਲ ਦੇ ਵਿੱਚ ਨਾ ਜਦੋਂ ਤੁਸੀਂ ਸਿੱਖ ਜਾਂਦੇ ਹੋ ਨਾ, ਅਸੀਂ ਥੱਲੇ ਸਿੱਟੀ ਦੀ ਆ ਸੋਈ, ਕੋਈ ਪੈਸਾ ਕੋਈ ਸਿੱਕਾ ਵੀ ਕੱਢ ਕੇ ਲਿਆਓ। ਬਾਬੇ ਨੂੰ ਆ ਵੀ ਗਈ ਨਾ ਤੈਰਾਕੀ, ਨੇ ਥੱਲੇ ਨਹੀਂ ਜਾ ਸਕਣਾ, ਕਿਉਂ ਜਿੰਨਾ ਵਜ਼ਨ ਹੁੰਦਾ ਤਰੀ ਜਾਣਾ ਇਹਨਾਂ ਨੇ, ਥੱਲੇ ਡੁੱਬਣਾ ਹੀ ਨਹੀਂ। ਲੱਕੜ ਜਿੰਨਾ ਤਾਂ ਬਾਬਾ ਹੋਇਆ ਹੋਇਆ 80 ਸਾਲ ਦਾ 100 ਸਾਲ ਦਾ। ਆ ਜਿੰਨੇ ਵੀ ਡੈਮੇਜ ਬਾਬੇ ਆ ਨਾ, ਇਹਨਾਂ ਨੂੰ ਇੱਕ ਕਿਸ਼ਤੀ ਲੈ ਦੇ, ਹੈਂ ਇਹ ਸਮੁੰਦਰ 'ਚ ਮੰਗਿਆ ਕਰਨ, ਜਿੱਥੇ ਵੱਡੀ ਕਿਸ਼ਤੀ ਆਵੇ ਉੱਥੇ ਆ ਲੂਲੇ ਲੰਗੜੇ ਅੰਨੇ ਐਂ ਚੱਪੂ ਖਰਾਬ ਆ, ਇੱਕ ਦੇ ਦੋਵੇਂ ਚੱਪੂ ਖਰਾਬ ਆ, ਇਹ ਉਹਨਾਂ ਨੂੰ ਕਿਹਾ ਕਰ ਕਿ ਮਾਲ ਥੱਲੇ ਸਿੱਟੋ, ਵੇਖ ਕਿੰਨਾ ਤੁਹਾਡੇ ਕੋਲ ਰਿਜ਼ਕ ਆਇਆ। ਜਿਹੜਾ ਤੇਰਾ ਬਾਬਾ ਥੱਲੋਂ ਵੱਢਿਆ ਹੈਂ, ਮੈਂ ਉੱਥੇ ਪਾਣੀ 'ਚ ਲੈ ਜਾ, ਉਹ 2 ਕਿਸ਼ਤੀਆਂ ਆਉਂਦੀਆਂ ਹੋਣ, ਉਹਨਾਂ ਨੂੰ ਵੇਖ ਕੇ ਕਹੀ ਜਾਵੇ ਆ ਤੇਰੀ ਜੋੜੀ ਸਲਾਮਤ ਰਵੇ ਦੇ ਜਾ। ਹੁਣ ਜੋੜੀ ਕਿਸ਼ਤੀਆਂ ਦੀਆਂ ਤਾਂ ਕੋਈ ਮੰਗਣਾ ਯਾਰ, ਮੰਗਣ ਵਾਲੇ ਬਾਬੇ ਬਣਾਏ ਆ ਤੁਸੀਂ। ਇਹ ਹੁਣ ਜਿਹੜਾ ਬਾਬੇ ਦੀਆਂ ਕਹਿਣ ਡਿਆ ਇਹਨਾਂ ਨਾਲ ਫਾਰਗ ਆ, ਉਹ ਹੁਣ ਉਹ ਜਿਹੜੀ ਉਹ ਲੱਕੜ ਦੀ ਹੁੰਦੀ ਆ ਇਹ ਉੱਤੇ ਜਾਂਦਾ ਹੋਵੇ ਤੇ ਅੱਲਾ ਕਵੇ ਜ਼ਰਾ ਥੋੜੀਆਂ ਜਿਹੀਆਂ ਲੱਤਾਂ ਇੰਜ ਕਰੀ ਮੈਂ ਥੱਲੇ ਲੰਘਣ ਲੱਗਾ, ਉਹ ਤਾਂ ਮਰ ਗਿਆ ਨਾ। ਕੀ ਤੂੰ ਇਹਨਾਂ ਦੇ ਗੁੰਝਲ ਜੇ ਪਾ ਦੇਣੇ ਆ ਸਾਰਿਆਂ ਦੇ? ਤੁਸੀਂ ਤਾਂ ਯਾਰ ਗੱਲਾਂ ਹੀ ਸੁਣਾਉਣ ਲੱਗ ਪਏ ਮੈਨੂੰ, ਮੈਂ ਚੁੱਪ ਕਰਕੇ ਬੈਠਾ ਆ ਮਸਕੀਨ ਆਦਮੀ, ਤੇ ਤੁਸੀਂ ਤਾਂ ਇੰਜ ਆ ਜਿਵੇਂ ਯਾਰ ਤੁਸੀਂ ਮਰਾਸੀ ਆ ਯਾਰ, ਤੇਰੇ ਨਾਲ ਦੇ ਵੀ ਮਸਕੀਨ ਹੀ ਆ। ਅਗਲੇ ਪਾਸੇ ਦੇ ਕੋਈ ਸਵਾਲ ਜਵਾਬ ਸਿੱਖੋ ਜਿਹੜੇ ਦੇਣੇ ਆ, ਟਾਈਮ ਥੋੜਾ ਉਹਨਾਂ ਕੋ। ਮੈਂ ਉਹਨੂੰ ਤੈਰਾਕੀ ਸਿਖਾ ਕੇ ਬਾਹਰ ਲਿਆਵਾਂ, ਮੁੜ ਕੇ ਭੱਜ ਕੇ ਜਾ ਕੇ ਫੇਰ ਛਾਲ ਮਾਰ ਦੇ, ਪੁੱਛਿਆ ਕਾਹਲੀ ਮਾਰੀ ਮੇਰਾ ਪੀੜ ਅੰਦਰ ਰਹਿ ਗਿਆ। ਚੱਲ ਹੁਣ ਦੰਦਾਂ ਦੀ ਵਜ੍ਹਾ ਤੋਂ ਪਿਸਤੀ ਕਰਾਉਣੀ ਹੈ ਯਾਰ ਅਸੀਂ। ਅੰਨੇ ਜੇ ਇੱਕ ਦੂਸਰੇ ਨੂੰ ਕਹਿਣ ਆਪਾਂ ਇੱਕ ਦੂਸਰੇ ਨੂੰ ਚੰਡਾ ਮਾਰੀਏ, ਹੈ ਕਮਾਲ ਆ। ਆ ਵੱਡੇ ਹੋਟਲਾਂ ਅੱਗੇ ਨਹੀਂ ਬੰਦੇ ਖਲੋਤੇ ਹੁੰਦੇ, ਹਿਲਦੇ ਜੁਲਦੇ ਨਹੀਂ, ਉਹ ਜਿਹੜਾ ਇਹਨਾਂ ਨਾਲ ਫਾਰਗ ਆ ਉਹਨੂੰ ਉੱਥੇ ਖਿਲਾਰ ਦੇ। ਮੈਂ ਤਾਂ ਮੈਨੂੰ ਤਾਂ ਕਿਸੇ ਬੰਦੇ ਨੇ ਦੱਸਿਆ ਕਿ ਭਾਈ ਤੂੰ ਸਿੱਧਾ ਜਾਣਾ ਆ ਮੱਕੂਆਣੇ, ਉੱਥੋਂ ਮੂੰਹ ਕਰਨਾ ਖੁੜਿਆਂ ਵਾਲੇ ਵੱਲ ਨੂੰ, ਤੇ ਸੱਜੇ ਹੱਥ ਹੋਟਲ ਆਏਗਾ ਮੱਖਣ ਹੋਟਲ, ਹਾਂਜੀ, ਉਹਦੀ ਬੈਕ ਸਾਈਡ ਤੇ ਪੂਲ ਆ, ਤੇ ਭਾਜੀ ਉੱਥੇ ਪੂਲ ਬਣਾਇਆ ਅਸੀਂ ਦੁਨੀਆ ਜਾਣਦੀ। ਹਾਂ ਮਾਸ਼ਾਅੱਲਾ ਪੂਲ, ਮਾਸ਼ਾਅੱਲਾ ਪੂਲ, ਤੇ ਜਿਹੜੇ ਤੂੰ ਬਾਬੇ ਦੇਣਨੇ ਅਸੀਂ ਕੀ ਨਾਲ ਲਿਖਵਾ ਦਈਏ ਇੰਨਾ ਲੀਲਾ ਪੂਲ। ਕਮਾਲ ਆ ਯਾਰ, ਕੋਈ ਵੱਡਿਆ ਕੋਈ ਟੁੱਕਿਆ, ਉਹ ਜਿਹੜਾ ਥੱਲੋਂ ਵੱਡਿਆ ਬਾਬਾ ਹੈ, ਤੇ ਕੋਈ ਗੱਡੀ ਹੈਗੀ ਹੈ, ਗੱਡੀ ਤੇ ਡੈਸ਼ਬੋਰਡ ਤੇ ਰੱਖ ਲਾ ਐਂ ਕਰਕੇ ਉਹਨੂੰ, ਉੱਥੇ ਜਦੋਂ ਬ੍ਰੇਕ ਮਾਰੇਗਾ ਨਾ ਕੋਈ ਐਂ ਕਰੂਗਾ। ਉਹ ਪਲਾਸਟਿਕ ਦੇ ਬਾਬੇ ਹੁੰਦੇ ਉਹ, ਇਹ ਵੀ ਪਲਾਸਟਿਕ ਦਾ ਹੀ ਬਣ ਗਿਆ, ਹੋਰ ਕੀ ਰਹਿ ਗਿਆ। ਗੱਡੀ ਅੱਗੇ ਨਹੀਂ ਰੱਖਣਾ ਤੇ ਕਿਸੇ ਪਕਵਾਨ ਸੈਂਟਰ ਵਾਲੇ ਨੂੰ ਦੇ ਦੇ, ਕਾਹਦੇ ਵਾਸਤੇ? ਉਹ ਦੇਗਾਂ ਪਕਾ ਕੇ ਉੱਤੇ ਦਮ ਵਾਸਤੇ ਇੱਟਾਂ ਨਹੀਂ ਰੱਖਦੇ, ਉਹ ਇਹਨੂੰ ਖੜੀ ਰੱਖੇ ਕਰਨਗੇ। ਜਿੰਨੀ ਜਿੰਨੀ ਤੂੰ ਬਾਬਿਆਂ ਦੀ ਉਮਰ ਦੱਸਣ ਡਿਆ ਹੈ, 100 ਸਾਲ ਦਾ ਬਾਬਾ, ਉਹਨੂੰ ਮੈਂ ਤੈਰਾਕੀ ਸਿਖਾਵਾਂ ਦਰਿਆ ਦੇ ਸੈਂਟਰ 'ਚ ਚੱਲ ਜਾਵੇ, ਮੈਂ ਕਹਾਂ ਬਾਬਾ ਬਾਹਰ ਆ, ਕਵੇ ਪੁੱਤ ਖੁੰਡੀ ਸਿੱਟ ਦੇ ਮੈਂ ਤੁਰ ਕੇ ਬਾਹਰ ਆ ਜਾਂਦਾ। ਅੱਜ ਇਹਦਾ ਇਹਨਾਂ ਇੰਨੀਆਂ ਸਾਈਡਾਂ ਨਹੀਂ ਨਾ ਹੈਗੀਆਂ, ਉਹ ਦੇ ਦੇ ਕਿਸੇ ਅਸਲਾ ਡੀਲਰ ਨੂੰ, ਉਹ ਬੰਦੂਕਾ ਸ਼ਦੂਕਾ ਚੈੱਕ ਕਰਨਗੇ, ਉਹਨੇ ਕਿਹੜਾ ਕਿਤੇ ਸੱਜੇ ਖੱਬੇ ਹੋਣਾ, ਦੌੜਿਆ ਉਹਦੇ ਕੋਲ ਨਹੀਂ ਜਾਂਦਾ। ਇਹ ਜਿਹੜੇ ਬਾਬੇ ਦੀ ਇੱਕ ਸਾਈਡ ਨਹੀਂ ਚੱਲਦੀ, ਕਿਹੜੀ ਨਹੀਂ ਚੱਲਦੀ? ਸੱਜੀ, ਸੱਜੇ ਪਾਸੋਂ ਜਾ ਕੇ ਨਾ ਚੰਡਾ ਮਾਰ, ਕਿਉਂ? ਉਹਨੂੰ ਕਹਾਂ ਤੈਨੂੰ ਅਕਲ ਨਹੀਂ ਹੈਗੀ, ਉਹਨੇ ਕਿਹੜਾ ਉਧਰੋਂ ਕਹਿ ਦੇਣਾ ਹੋਏ ਮੈਂ ਤੈਨੂੰ ਛੱਡਣਾ ਨਹੀਂ। ਨਹੀਂ ਨਹੀਂ, ਜਿਹੜੀ ਜਿਹੜੀ ਸਾਈਡ ਉਹਨਾਂ ਦੀ ਕੰਮ ਕਰਦੀ ਹੈ ਨਾ, ਉਸ ਹੱਥ ਦੀਆਂ ਦੁਕਾਨਾਂ ਵੇਖ ਕੇ ਉਹ ਬਾਬੇ ਦੁਕਾਨਾਂ ਵਾਲਿਆਂ ਦੇ ਦੇ, ਕਿਉਂ ਇੰਜ ਇੰਜ ਕਰਦੇ ਰਿਹਾ ਕਰਨਗੇ। ਚੱਲ
ਬਹੁਤ ਆਲਾ ਕਾਰੋਬਾਰ ਹੈ ਸਮੁੰਦਰ ਦੇ ਵਿੱਚ ਤਰਾਕੀ ਸਾਰੇ ਬਾਬੇ ਅਸੀਂ ਆਰੇ ਲਾਤੇ ਆ ਹੁਣ ਗੱਲ ਨਾ ਕੋਈ ਅਸੀਂ ਕਰੀ ਕਿਸੇ ਦੀ ਬਾਹ ਖਰਾਬ ਕਿਸੇ ਦੀ ਲੱਤ ਖਰਾਬ ਉਤੋਂ ਉਮਰਾਂ ਵੇਖ ਉਹਨਾਂ ਦੀਆਂ ਯਾਰ ਤੁਸੀਂ ਨਹੀਂ ਭਾਈ ਤੁਹਾਡੇ ਮੁਕੱਦਰਾਂ 'ਚ ਪੈਸੇ ਨਹੀਂ ਹੈਗੇ ਕਿਹਨਾਂ ਦੇ ਤੁਹਾਡੇ ਉਹ ਕਿਉਂ ਸਾਡੇ ਮੁਕੱਦਰਾਂ 'ਚ ਪੈਸੇ ਹੈ ਨਹੀਂ ਤਾਂ ਤੇਰੇ ਮੁਕੱਦਰਾਂ ਦੇ ਵਿੱਚ ਵੀ ਉਹਨਾਂ ਦੀ ਦੁਆ ਹੈ ਨਹੀਂ ਮੈਂ ਤੁਹਾਡਾ ਹਿਸਾਬ ਲਾ ਲਿਆ ਤੂੰ ਸਾਡਾ ਹਿਸਾਬ ਕੀ ਲਾ ਲਿਆ ਅਸੀਂ ਤੇਰਾ ਹਿਸਾਬ ਲਾ ਲਿਆ ਭਰਾਵਾ ਪਾਗਲ ਔਰ ਬੇਵਕੂਫ ਇਨਸਾਨ ਆ ਓਏ ਐਸ ਉਮਰੇ ਬਜ਼ੁਰਗਾਂ ਦੀ ਖਿਦਮਤ ਕਰੀ ਦੀ ਆ ਫਰਿਸ਼ਤੇ ਆਲੇ ਦੁਆਲੇ ਫਿਰਦੇ ਹੁੰਦੇ ਇਹਨਾਂ ਦੇ ਤੂੰ ਇਹਦੇ ਆਲੇ ਦੁਆਲੇ ਸੰਗ ਫੇਲਾ ਰਿਹਾ ਉਹ ਸਾਰੇ ਲੈ ਜਾ ਕਿਸੇ ਕੁੰਡੀ 'ਚ ਪਾ ਕੇ ਇਕੱਠੇ ਕਰਕੇ ਨਾ ਉਹਦੇ ਮਜੂਨ ਬਣਾ ਕੇ ਇੱਕ ਬਜ਼ੁਰਗ ਨੂੰ ਖਵਾ ਦੇ ਉਹਨੂੰ ਤਾਂ ਸਿਹਤ ਤੰਦਰੁਸਤੀ ਮਿਲੇ ਇਹ ਬਜ਼ੁਰਗ ਹੀ ਬਜ਼ੁਰਗ ਨੂੰ ਖਵਾ ਦੇ ਸਿਹਤ ਤੰਦਰੁਸਤੀ ਹੋ ਜਾਏਗੀ ਆ ਗਿਆ ਉਹਨਾਂ ਨੂੰ ਤੈਰਾਕੀ ਸਿਖਾਉਣ ਤੂੰ ਪਾਗਲ ਆ ਤੁਸੀਂ ਪਾਗਲ ਆ ਤੂੰ ਬੜਾ ਠੀਕ ਆ ਤੂੰ ਕਹਦਾ ਇਨਸਟ੍ਰਕਟਰ ਬਣਿਆ ਫਿਰਦਾ ਤੂੰ ਤਾਂ ਛਾਲ ਮਾਰੀ ਤੈਨੂੰ ਗੋਤੇ ਆ ਗਏ ਤੇ ਗੋਤਾ ਮੈਂ ਬਚ ਵੀ ਤਾਂ ਗਿਆ ਤੇ ਉਹ ਗੱਲ ਨਹੀਂ ਸੁਣੀ ਹਮੇਸ਼ਾ ਤਾਰੂ ਹੀ ਡੁੱਬਦੇ ਆ ਤੇ ਇਹ ਤਾਰ ਜੇ ਇਹ ਤਾਂ ਹਲੇ 6 ਫੁੱਟ ਆ ਜੇ 8 ਫੁੱਟ ਹੁੰਦਾ ਨਾ ਜੇ ਤਾਰੂ ਡੁੱਬ ਗਿਆ ਸੀ ਮੈਂ ਗੱਲ ਸੱਚੀ ਹੋ ਜਾਣੀ ਸੀ ਤੇ ਕੋਈ ਨਹੀਂ ਡੁੱਬਣ ਦੇ ਤੇ ਚੱਲਾਂ ਕਿੱਧਰ ਆ ਆ ਜਿਹੜਾ ਨਾਤਾ 200 ਰੁਪਏ ਕਿੰਨੇ ਦੇਣਾ ਇਹਦਾ 200 ਕਾਦਾ 200 ਰੁਪਏ ਪਰ ਐਡੋ ਲਿਖਿਆ 200 ਰੁਪਏ ਉਹ ਤੇਰੇ ਜਿੱਡਾ ਬੰਦਾ ਤੇ ਇਹੀ ਵੈਸੇ ਨਹੀਂ ਵੜਨ ਦੇਈਦਾ ਕਿ ਜਿਵੇਂ ਛੱਪੜ ਚ ਮੱਝ ਵੜੀ ਹੈ ਪੈਸੇ ਪੈਸੇ ਬਗੈਰ ਨਹੀਂ ਸਜਾਇਆ ਜੁਣਾ ਹੈਗਾ ਹੈ ਉੱਤੋਂ ਸਾਡੇ ਤੇ ਬਾਬੇ ਪਾਤੇ ਕਹੀ ਪੈਸੇ ਭੁੱਲ ਜੀਏ ਨਹੀਂ ਮੈਂ ਤਾਂ ਚੈੱਕ ਕਰਨ ਆਇਆ ਸੀਗਾ ਨਾਲੇ ਜਿਹੜੀ ਉਸਤਾਦ ਨੇ ਤੈਨੂੰ ਛਾਲ ਸਿਖਾਈ ਇਹ ਕਾਹਦਾ ਉਸਤਾਦ ਆ ਅੱਛਾ ਉਸਤਾਦ ਆ 500 ਦਾ ਲੈਦਾ ਦੇ ਮੈਂ ਉਸਤਾਦ ਨੂੰ 3 ਗੋਤੇ ਆਏ ਉਸਤਾਦ ਨੂੰ ਉਹ ਨੇ ਵੈਸੇ ਹੀ ਲਾਇਆ ਮੈਂ ਜੁੱਤੀ ਭਾਰੀ ਪਾਈ ਆ ਮੈਨੂੰ ਆਉਂਦੀ ਆ ਤਰਾਕੀ ਤੇ ਉਸਤਾਦ ਜੀ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਜੁੱਤੀ ਲਾ ਕੇ ਸਿਰ 'ਚ ਰੱਖ ਲਿਆ ਕਰੋ ਤੈਨੂੰ ਤੂੰ ਛਾਲ ਮਾਰੀ ਸਾਨੂੰ 200 ਰੁਪਏ ਆਏ ਕੋ ਲੈ ਕੇ ਦੇ ਬਾਤ ਛੱਡ ਤੂੰ ਵੇਖ ਤੇ ਸਹੀ ਤੂੰ ਅੱਧੀ ਅੱਧਾ ਪੂਲ ਤੂੰ ਬਾਹਰ ਰੋਡ ਦਾ ਜਦੋਂ ਛਾਲ ਮਾਰੀ ਜਦੋਂ ਛਾਲ ਮਾਰ ਛਾਲ ਮਾਰੀ ਮੈਨੂੰ ਵੈਸੇ ਹੀ ਤੇਰੇ ਤੋਂ ਨਫ਼ਰਤ ਹੋ ਗਈ ਹੈ ਕਿੰਨਾ ਫਰਦ ਛਾਲ ਮਾਰੀ ਹੈ ਤੈਨੂੰ ਮੇਰਾ ਦਿਲ ਕਰਨ ਡਿਆ ਸੀ ਮੈਂ ਸਿੱਖਣਾ ਆ ਤੈਨੂੰ ਬਚਾਵਾਂ ਉਹ ਤੈਨੂੰ ਮੇਰੇ ਨਾਲ ਨਫ਼ਰਤ ਹੋ ਗਈ ਮੈਂ ਤੇਨਾਂ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਬਚਾ ਨਾ ਮੇਰਾ ਵੀਰ 200 ਰੁਪਈਆ ਦੇ ਜਿਹੜਾ ਨਾਤਾ 500 ਰੁਪਈਆ ਇੱਕ ਛਾਲ ਦਾ ਜਿਹੜੀ ਇਹਨੇ ਤੈਨੂੰ ਦੱਸੀ ਹੈ ਜਿੰਨਾ ਕਿ ਤੁਸੀਂ 200 ਚ ਮੈਨੂੰ ਨੂੰ ਆਇਆ ਉਹ ਮੈਂ ਤੁਹਾਨੂੰ ਨਵਾ ਦਿੰਨਾ ਉਹਨਾਂ ਕਿੱਥੇ ਨਵਾ ਦਿੰਨਾ ਕਿੱਥੇ ਨਵਾ ਉਹ ਪਾਣੀ ਨੂੰ ਵਾਰੀ ਤੈਨੂੰ ਦੱਸਾਂ 200 ਰੁਪਈਆ ਦੇ ਤੂੰ 200 ਰੁਪਈਆ ਦੇ ਸਾਡਾ 5 ਛਾਲ ਤੂੰ ਇੰਜ ਮਾਰੀ ਜਿਵੇਂ ਕੋਠੇ ਤੋਂ ਕੁੱਤਾ ਡਿੱਗ ਪਿਆ ਪਾਣੀ ਚ ਕਿੱਧਰ ਕਿੱਧਰ ਕੀ ਮਤਲਬ ਕਿੱਧਰ ਕੀ ਕਰ ਲੈਣਾ ਮੇਰਾ ਕਿੱਧਰ ਪੈਸੇ ਲੈਣੇ ਅਸੀਂ ਪੈਸੇ ਲੈਣੇ ਇੱਕ ਤੂੰ ਤਾਰੀ ਲਾਉਣੀ ਐ ਵੀ ਗੱਲੋਂ ਗੱਲਾਂ ਸੁਣਾ ਸੁਣਾ ਕੇ ਗੱਲਾਂ ਦੇ ਮਾਉਂਦਿਆ ਫੜ ਇਹਨੂੰ ਤੂੰ ਫੜ ਮੈਂ ਤੈਨੂੰ ਮੈਨੂੰ ਗੋਤਾ ਦੇ ਮੈਂ ਹਾਂ ਮੈਂ ਮਾਰਦਾ ਪਿਆ ਛਾਲ ਮੈਂ ਮਾਰ ਬਾਹਰ ਆ ਜਾ ਓਏ ਅੰਦਰ ਜਾ ਇਹਨੂੰ ਫੜ ਕੇ ਲਿਆ ਮੈਂ ਤੈਨੂੰ ਦੱਸਦਾ ਬਾਹਰ ਆ ਜਾ ਤਰਾਕੀ ਸਾਹਿਬ ਤਰਾਕੀ ਆਉਂਦੀ ਓ ਚੱਲ ਮੈਂ ਕਹਿੰਦਾ ਮੈਨੂੰ ਤਰਾਕੀ ਓ ਜਾ ਤੁਸੀਂ ਸੀਟੀ ਵੀ ਮਾਰ ਮੈਨੂੰ ਤਰਾਕੀ ਆਉਂਦੀ ਓ ਜਾ ਆ ਜਾ ਫੜ ਲਾ ਮੈਨੂੰ ਤਰਾਕੀ ਆਉਂਦੀ ਓ ਮੈਂ ਤੈਨੂੰ ਦੱਸਾਂ ਓਏ ਮੈਨੂੰ ਤਰਾਕੀ ਆਉਂਦੀ ਆ ਵਿੱਚ ਚੱਲ ਮਰੇ ਮੈਨੂੰ ਆਉਂਦੀ ਜੀ ਆ ਤਾਂ ਫੇਰ ਤੇ ਜਾ ਇਹਨੂੰ ਫੜ ਕੇ ਤੇ ਲਿਆ ਫੇਰ ਨਾ ਹੁੰਦੇ ਤੂੰ ਬਾਹਰ ਆ ਜਾ ਫੜ ਲੈ 200 ਮੇਰੇ ਕੋ ਮੈਨੂੰ ਤਰਾਕੀ ਹੁੰਦੀ ਆ ਤਾਂ ਫੇਰ ਮੈਨੂੰ ਫੜ ਲੈਣਾ ਫੇਰ ਚੰਗਾ ਰਹੇਗਾ ਓ ਯਾਰ ਇਹਨੂੰ ਫੜ ਕੇ ਬਾਹਰ ਲਿਆ ਬਸ ਲੈ ਲੈ 200 ਮੇਰੇ ਕੋ ਆ ਜਾ ਭਰਾ ਨਹੀਂ ਬਾਹਰ ਆ ਜਾ ਦੇ ਆ ਜਾ ਲੈ ਲਾ ਯਾਰ ਕੋ ਚੰਡਾ ਲਿਆ ਯਾਰ ਲੈ ਲਾ ਫੜ ਇਹਨੂੰ ਲੈ ਲਾ ਐ ਇਹਨੂੰ ਫੜੀ ਓ ਇਹਨੂੰ ਤੂੰ ਫੜੀ ਓ ਇਹਨੂੰ ਤੂੰ ਫੜੀ ਪੈਸੇ ਮਾਫ ਤੈਨੂੰ ਓਏ ਇਹਨੂੰ ਵੀ ਫੜੀ ਤੇ ਮੈਨੂੰ ਵੀ ਫੜੀ